ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਹੈ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਅਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ, ਤੰਦਰੁਸਤ ਹਾਂ। ਅਤੇ ਤੁਹਾਡੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ। ਅਤੇ ਮਾਲੀ ਤਾਂ ਕਹਿੰਦੇ ਅੱਜ ਆਇਆ ਸੀਗਾ, ਬੀਬੀ ਦੱਸਦੀ ਸੀ, ਪਰ ਕਰਕੇ ਕੀ ਗਿਆ ਮੈਨੂੰ ਸਮਝ ਹੀ ਨਹੀਂ ਆ ਰਹੀ ਅੱਜ ਕੀ ਕੀਤਾ। ਕੁਛ ਖਾਸ ਮੈਨੂੰ ਲੱਗ ਨਹੀਂ ਰਿਹਾ ਕੀਤਾ ਹੋਇਆ, ਕਿਉਂਕਿ ਘਾਹ ਦੇ ਵਿੱਚ ਝਾੜੂ ਵੀ ਨਹੀਂ ਲਾਇਆ, ਉਸੇ ਤਰ੍ਹਾਂ ਹੀ ਪਿਆ, ਪੱਤੇ ਪੁੱਤੇ ਗਿਰੇ ਪਏ ਨੇ, ਸੋ ਹਜੇ ਕੋਈ ਪਤਾ ਨਹੀਂ ਲੱਗ ਰਿਹਾ। ਅਤੇ ਕਿਹਨੂੰ ਮੈਂ ਫੇਰ ਦਿਖਾ ਦਿੰਦੀ ਹਾਂ ਤੁਹਾਨੂੰ, ਇੱਕ ਨਾ ਆਪਣਾ ਜੀ, ਆਹ ਕਿਸੇ ਭੈਣ ਨੇ ਕਿਹਾ ਸੀ ਇਹਨੂੰ ਗੁੜਹਿਲ ਦਾ ਪੌਦਾ ਕਹਿੰਦੇ ਆ। ਹਾਂ ਬਿਲਕੁਲ, ਮੇਰੇ ਮੂੰਹੋਂ ਨਾ ਉਹਦੇ ਸਦਾ ਬਹਾਰ ਨਿਕਲ ਗਿਆ ਸੀਗਾ। ਲਓ ਜੀ, ਇੱਕ ਤਾਂ ਮੈਂ ਤੁਹਾਨੂੰ ਕਿਹਨੂੰ ਦਿਖਾਵਾਂ ਆਪਣੇ, ਆਹ ਦੇਖੋ ਪੱਕੇ ਪਏ। ਮੈਨੂੰ ਐਂ ਲੱਗਦਾ ਵੀ ਇਹ ਜਲਦੀ ਨਹੀਂ ਪੱਕ ਗਏ, ਥੋੜ੍ਹਾ ਜਿਹਾ ਇੰਨਾ ਛੇਤੀ ਨਹੀਂ ਪੱਕਣੇ ਚਾਹੀਦੇ ਸੀਗੇ, ਕਾਫੀ ਜ਼ਿਆਦਾ ਪੱਕ ਰਹੇ ਨੇ ਇਹ, ਅਰਲੀ ਹੈ। ਤੁਸੀਂ ਮੈਨੂੰ ਦੱਸਿਓ ਵੀ ਇਹ, ਤੁਹਾਨੂੰ ਐਂ ਨਹੀਂ ਲੱਗ ਰਿਹਾ ਵੀ ਇਹ ਜਲਦੀ ਪੱਕ ਰਹੇ ਨੇ, ਇਹ ਛੇਤੀ ਨਹੀਂ ਪੱਕਣੇ ਚਾਹੀਦੇ ਸੀ? ਅਜੇ ਤਾਂ ਇਹਦਾ ਮੌਸਮ ਨਹੀਂ ਹੈਗਾ ਪੱਕਣ ਦਾ, ਮੌਸਮ ਤਾਂ ਇਹਦਾ ਪੱਕਣ ਦਾ ਆਉਣਾ ਸੀਗਾ ਹਜੇ ਸਰਦੀ ਦੇ ਵਿੱਚ, ਪਰ ਇਹ ਬਹੁਤ ਛੇਤੀ ਪੱਕ ਗਏ ਨੇ। ਅਤੇ ਗੁਲਾਬ ਆਪਣਾ ਬੜਾ ਸੋਹਣਾ ਖਿੜਿਆ ਪਿਆ, ਦੇਖੋ ਨਵੇਂ ਨਵੇਂ ਫੁੱਲ ਨਿਕਲੇ ਪਏ ਨੇ, ਹੁਣ ਬੜਾ ਹੀ ਪਿਆਰਾ ਲੱਗਦਾ, ਖੁਸ਼ਬੂ ਆਉਂਦੀ ਹੈ ਜੀ ਇਹਦੇ ਵਿੱਚੋਂ, ਕਿਉਂਕਿ ਦੇਸੀ ਗੁਲਾਬ ਹੈ। ਲਾ ਤਾਂ ਆਪਾਂ ਲੈਂਦੇ ਹਾਂ ਅੰਗਰੇਜ਼ੀ ਗੁਲਾਬ, ਉਹ ਦੇਖਣ ਨੂੰ ਸੋਹਣਾ ਲੱਗਦਾ, ਪਰ ਉਹਦੇ 'ਚ ਖੁਸ਼ਬੂ ਨਹੀਂ ਆਉਂਦੀ, ਇਹਦੇ 'ਚ ਖੁਸ਼ਬੂ ਆਉਂਦੀ ਆ ਤਾਂ ਆਪਣੇ ਸਾਰੇ ਫੁੱਲ ਝੜ ਗਏ ਇਹਦੇ ਵਿਚਾਰੀ ਦੇ। ਅਤੇ ਲਓ ਜੀ, ਇਹ ਹੈਗਾ ਆਪਣਾ ਗੁੜਹਿਲ ਦਾ ਹਬਿਸਕਸ ਫਲਾਰ, ਹਬਿਸਕਸ ਦਾ ਪੌਦਾ ਹੈਗਾ, ਅਤੇ ਇਹ ਵੀ ਕਾਫੀ ਵੱਡਾ ਹੋ ਗਿਆ। ਅਤੇ ਉੱਧਰਲੇ ਪਾਸੇ ਵੀ ਮੈਂ ਤੁਹਾਨੂੰ ਦਿਖਾਇਆ ਸੀਗਾ, ਉਹ ਵੀ ਕਾਫੀ ਵੱਡਾ ਹੈਗਾ, ਦਿਖਾਉਣੀ ਹੈ ਮੈਂ ਤੁਹਾਨੂੰ ਉੱਧਰ ਵੀ, ਉਹਨੂੰ ਨਾ ਬਹੁਤ ਸੋਹਣੇ ਫੁੱਲ ਲੱਗੇ ਨੇ। ਅਤੇ ਇਹਨਾਂ ਤੋਂ ਵੀ ਨਾ ਜੀ ਇੱਕ ਬਹੁਤ ਵਧੀਆ ਹੇਅਰ ਸੀਰਮ ਜਿਹੜਾ ਹੈਗਾ ਉਹ ਰੈਡੀ ਹੋ ਜਾਂਦਾ, ਉਹ ਵੀ ਮੈਂ ਤੁਹਾਨੂੰ ਦਿਖਾਊਂਗੀ ਹੇਅਰ ਸੀਰਮ ਇਹਨਾਂ ਤੋਂ ਕਿਸ ਤਰ੍ਹਾਂ ਬਣਦਾ। ਆਹ ਦੇਖੋ ਕਿੰਨੇ ਸੋਹਣੇ ਫਲਾਵਰ ਨੇ ਇਹਦੇ, ਡਿੱਗ ਵੀ ਰਹੇ ਨੇ, ਬਹੁਤ ਪਿਆਰੇ ਲੱਗਦੇ ਨੇ। ਇਹਦੇ ਪੱਤੇ ਵੀ ਬਹੁਤ ਵਧੀਆ ਨੇ, ਬੈਨੀਫਿਸ਼ੀਅਲ ਨੇ ਸਾਡੇ ਵਾਲਾਂ ਲਈ, ਅਤੇ ਇਹਦੇ ਫਲਾਵਰ ਵੀ, ਮੈਨੂੰ ਇਹਦੇ ਫਲਾਵਰ ਆ ਜਿਹੜੇ ਉਹ ਚਾਹੀਦੇ ਨੇ, ਪਰ ਮੇਰਾ ਤੋੜਨ ਨੂੰ ਵੀ ਦਿਲ ਨਹੀਂ ਕਰ ਰਿਹਾ ਇਹਨਾਂ ਨੂੰ, ਵੀ ਮੈਂ ਇਹਨਾਂ ਨੂੰ ਤੋੜਾਂ ਕਿਵੇਂ। ਅਤੇ ਬੜਾ ਸੋਹਣਾ ਗੁਲਾਬ ਇੱਧਰ ਵੀ ਖਿੜਿਆ ਹੋਇਆ ਦੇਖੋ, ਠੀਕ ਹੈ ਜੀ। ਇਹ ਹੈਗਾ ਜੀ ਅੰਗਰੇਜ਼ੀ ਗੁਲਾਬ, ਅਤੇ ਜਿਹੜਾ ਦੇਸੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਆਹ ਹੈਗਾ ਦੇਸੀ ਗੁਲਾਬ, ਜਿਹੜਾ ਦੇਸੀ ਗੁਲਾਬ ਹੈ ਤਾਂ ਮਾੜਾ ਜਿਹਾ, ਜੇ ਤੁਸੀਂ ਮਾੜਾ ਜਿਹਾ ਵੀ ਨਾਲ ਲੱਗ ਗਏ ਇਹਨੇ ਥੱਲੇ ਡਿੱਗ ਪੈਣਾ, ਮਾੜੀ ਜਿਹੀ ਸੱਟ ਵੀ ਨਹੀਂ ਝੱਲਦਾ ਹੈਗਾ। ਅਤੇ ਜਿਹੜਾ ਹੈਗਾ ਇਹ ਆਪਣਾ ਇਹ ਵਾਲਾ ਗੁਲਾਬ ਅੰਗਰੇਜ਼ੀ ਗੁਲਾਬ, ਇਹ ਟੁੱਟਦਾ ਨਹੀਂ ਹੈਗਾ, ਅਤੇ ਬਸ ਇਹੀ ਫਰਕ ਹੈ ਕਿ ਦੇਖਣ ਨੂੰ ਕਾਫੀ ਦੇਰ ਖਿੜਿਆ ਰਹਿੰਦਾ, ਸੋਹਣਾ ਲੱਗਦਾ, ਪਰ ਇਹ ਛੇਤੀ ਡਿੱਗ ਪੈਂਦਾ, ਬਸ ਸੱਟ ਨਹੀਂ ਸਹਾਰਦਾ ਇਹ ਮਾੜੀ ਜਿਹੀ। ਅਤੇ ਅੱਜ ਆਪਾਂ ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ। ਹੁਣ ਤੁਹਾਨੂੰ ਮੈਂ ਗੇੜਾ ਕਢਾਤਾ ਹੈ, ਆਪਣਾ ਲੋਨ ਦਿਖਾਤਾ ਹੈ। ਲਓ ਜੀ, ਹੁਣ ਆਪਾਂ ਤੁਹਾਨੂੰ ਬਾਹਰ ਗੇੜਾ ਕਢਾ ਲਿਆ, ਅਤੇ ਹੁਣ ਆਪਾਂ ਬੈਠ ਕੇ ਤੁਹਾਡੇ ਨਾਲ ਅੱਜ ਇੱਕ ਨਵੇਂ ਜਿਹੇ ਟੋਪਿਕ 'ਤੇ ਗੱਲ ਕਰਦੇ ਹਾਂ। ਮੈਂ ਨਾ ਪੱਖਾ ਚਲਾ ਲਾਂ, ਪਰ ਆਵਾਜ਼ ਬਹੁਤ ਆਊਗੀ ਪੱਖੇ ਦੀ, ਅਤੇ ਮਾਈਕ ਆਪਣੇ ਚਾਰਜ ਨਹੀਂ ਹੋਏ, ਅਤੇ ਗਰਮੀ ਮੈਨੂੰ ਬਹੁਤ ਆ ਰਹੀ ਹੈ। ਅੱਜ ਮੈਂ ਇੱਕ ਵਧੀਆ ਜਿਹੇ ਟੋਪਿਕ 'ਤੇ ਗੱਲ ਕਰਨੀ ਹੈ। ਵੈਸੇ ਤਾਂ ਆਪਣਾ ਡੇਲੀ ਟੋਪਿਕ ਕੋਸ਼ਿਸ਼ ਕਰੀਦੀ ਹੈ ਕਿ ਬਹੁਤ ਵਧੀਆ ਹੀ ਹੋਵੇ, ਔਰ ਭੈਣਾਂ ਦੇ ਕੰਮ ਦਾ ਹੋਵੇ। ਮੇਰੇ ਮੂੰਹ 'ਚ ਨਾ ਹੋਮਿਓਪੈਥੀ ਦਵਾਈ ਹੈ। ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਆਪਾਂ ਕੰਸਨਟ੍ਰੇਟ ਕੀਤਾ ਹੋਇਆ ਆਪਣੇ ਵਾਲਾਂ 'ਤੇ, ਜ਼ਿਆਦਾਤਰ ਵੀਡੀਓਜ਼ ਆਪਣੀਆਂ ਵਾਲਾਂ 'ਤੇ ਆ ਰਹੀਆਂ ਨੇ, ਸੋ ਵਾਲਾਂ ਦੇ ਰਿਲੇਟਡ ਹੀ ਅੱਜ ਆਪਾਂ ਹੋਰ ਇੱਕ ਵਲੌਗ ਪਾ ਰਹੇ ਹਾਂ। ਉਹ ਇਹ ਹੈਗਾ
ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਦਾ ਕਮੈਂਟ ਆਇਆ ਸੀਗਾ ਕਿ ਤੁਹਾਡੇ ਇਹ ਗੱਡੇ ਗੱਡੇ ਕਿਉਂ ਨੇ। ਇੱਕ ਤਾਂ ਜੀ ਮੈਂ ਸਪੈਕਸ ਲਾ ਕੇ ਰੱਖਦੀ ਹਾਂ ਜ਼ਿਆਦਾ, ਹੈ ਨਾ, ਆਹ ਦੇਖੋ ਤੁਸੀਂ ਇੱਥੇ ਟੋਏ ਟੋਏ ਪੈ ਜਾਂਦੇ ਨੇ ਸਪੈਕਸ, ਜਦੋਂ ਹਮੇਸ਼ਾ ਆਪਾਂ ਲਾ ਕੇ ਰੱਖਦੇ ਹਾਂ ਤਾਂ ਆਹ ਟੋਏ ਪੈ ਜਾਂਦੇ ਨੇ, ਠੀਕ ਹੈ ਜੀ। ਅਤੇ ਆਪਾਂ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਆਪਣੇ ਕਿਸ ਤਰ੍ਹਾਂ ਦੇ ਫੇਸ 'ਤੇ ਕਿਸ ਤਰ੍ਹਾਂ ਦਾ ਹੇਅਰ ਸਟਾਈਲ ਹੈ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ, ਕਿਹੜਾ ਹੇਅਰ ਸਟਾਈਲ ਸਾਡੇ ਜੱਚਦਾ ਹੈ। ਵੈਸੇ ਤਾਂ ਆਪਾਂ ਫੈਸ਼ਨ ਦੇ ਮੁਤਾਬਕ ਚੱਲਦੇ ਹੁੰਦੇ ਹਾਂ, ਹੈ ਨਾ, ਕਿ ਹੁਣ ਆਹ ਰਿਵਾਜ਼ ਚੱਲ ਰਿਹਾ ਅਤੇ ਆਪਾਂ ਇਹੀ ਵਾਲਾ ਕਰਨਾ। ਮੈਂ ਪੱਖਾ ਚਲਾਉਣਾ, ਮੈਨੂੰ ਗਰਮੀ ਆ ਰਹੀ ਹੈ। ਵੈਸੇ ਤਾਂ ਆਪਾਂ ਇਹੀ ਸੋਚਦੇ ਹੁੰਦੇ ਹਾਂ ਕਿ ਹੁਣ ਆਹ ਫੈਸ਼ਨ ਚੱਲ ਰਿਹਾ ਇਸ ਤਰ੍ਹਾਂ ਦੇ ਵਾਲਾਂ ਦਾ, ਆਪਾਂ ਨੂੰ ਉਹ ਕਰ ਲੈਣਾ ਚਾਹੀਦਾ। ਜਿਸ ਤਰ੍ਹਾਂ ਪਹਿਲਾਂ ਪਫ ਚੱਲੇ ਸੀਗੇ ਐਂ ਉੱਪਰਾਂ ਬਾਹ ਲੈਂਦੇ ਆ ਪਫ ਜੇ, ਮੈਂ ਤਾਂ ਖੈਰ ਅੱਜ ਤੱਕ ਨਹੀਂ ਬਣਾਇਆ ਉਹ, ਕਿਉਂਕਿ ਮੈਨੂੰ ਉਹ ਸੂਟ ਨਹੀਂ ਕਰਦਾ ਹੈਗਾ। ਅਤੇ ਵੈਸੇ ਕਾਫੀ ਜ਼ਿਆਦਾ ਫੈਸ਼ਨ 'ਚ ਸੀਗਾ, ਬਹੁਤ ਲੋਕ ਕਰਦੇ ਸੀਗੇ ਆਪਣੇ ਨਾ। ਥੋੜ੍ਹਾ ਜਿਹਾ ਇੱਦਾਂ ਹੁੰਦਾ ਕਿ ਜਿਹੜੀ ਚੀਜ਼ ਅੱਜ ਕੱਲ੍ਹ ਫੈਸ਼ਨ ਹੈ, ਜਿਸ ਤਰ੍ਹਾਂ ਦਾ ਸਟਾਈਲ ਚੱਲ ਰਿਹਾ, ਆਪਾਂ ਉਹ ਸਾਰੇ ਕਰਨ ਲੱਗ ਜਾਂਦੇ ਹਾਂ। ਪਰ ਆਪਾਂ ਕਦੇ ਇਹ ਨਹੀਂ ਸੋਚਦੇ ਹੈਗੇ ਕਿ ਹੋ ਸਕਦਾ ਜਿਹੜਾ ਉਹਦੇ ਫੇਸ 'ਤੇ ਦੂਜੇ ਦੇ 'ਤੇ ਜੱਚ ਰਿਹਾ ਉਹ ਸਾਡੇ 'ਤੇ ਜੱਚੂਗਾ ਕਿ ਨਹੀਂ ਜੱਚੂਗਾ, ਹੈ ਨਾ। ਅਤੇ ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਫੇਸ 'ਤੇ ਜੱਚਦੀਆਂ ਨੇ, ਦੂਜੇ 'ਤੇ ਨਹੀਂ ਜੱਚਦੀਆਂ। ਸੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਹੁਣ ਮੇਰਾ ਫੇਸ ਹੈਗਾ, ਮੇਰਾ ਫੇਸ ਗੋਲ ਨਹੀਂ ਹੈਗਾ ਅਤੇ ਨਾ ਹੀ ਜ਼ਿਆਦਾ ਹੈਵੀ ਹੈ, ਹੈ ਨਾ, ਮੇਰਾ ਫੇਸ ਥੋੜ੍ਹਾ ਜਿਹਾ ਪਤਲਾ ਹੈ। ਇਸ ਕਰਕੇ ਮੇਰੇ ਫੇਸ 'ਤੇ ਇਹ ਵਾਲਾ ਸਟਾਈਲ ਹੈ ਜਿਹੜਾ ਮੈਂ ਹੁਣ ਕਰ ਰਹੀ ਹਾਂ ਅੱਜ ਕੱਲ੍ਹ। ਵੈਸੇ ਤਾਂ ਇਹ ਕੀਤਾ ਹੀ ਨਹੀਂ ਸੀ, ਕਾਫੀ ਦੇਰ ਹੋ ਗਈ ਸੀ, ਜੋ ਮੈਂ ਅੱਜ ਕੱਲ੍ਹ ਕਰ ਰਹੀ ਹਾਂ ਇਹ ਮੇਰੇ ਫੇਸ ਨੂੰ ਬਹੁਤ ਜ਼ਿਆਦਾ ਸੂਟ ਕਰਦਾ। ਇਹ ਮੈਨੂੰ ਖੁਦ ਨੂੰ ਪਤਾ ਹੈ ਕਿ ਇਹ ਵਾਲਾ ਹੇਅਰ ਸਟਾਈਲ ਮੇਰੇ ਫੇਸ 'ਤੇ ਬਹੁਤ ਜ਼ਿਆਦਾ ਸੂਟ ਕਰਦਾ, ਪਰ ਜੇ ਮੈਂ ਪਲੇਨ ਸਿਰਵਾਉਣੀ ਆ ਉਹ ਮੈਨੂੰ ਸੂਟ ਨਹੀਂ ਕਰਦਾ। ਇੱਕ ਤਾਂ ਮੇਰਾ ਜਿਹੜਾ ਫੋਰਹੈਡ ਹੈਗਾ ਉਹ ਥੋੜ੍ਹਾ ਵੱਡਾ ਹੈ, ਅਤੇ ਜਦੋਂ ਮੈਂ ਸਿੱਧਾ ਵਾ ਲੈਂਦੀ ਹਾਂ, ਬਾਕੀ ਮੇਰਾ ਫੇਸ ਗੋਲ ਨਹੀਂ ਹੈਗਾ। ਜਿਹਦਾ ਫੇਸ ਗੋਲ ਨਹੀਂ ਹੁੰਦਾ ਅਤੇ ਪਤਲਾ ਹੁੰਦਾ ਹੈ, ਉਹਦੇ 'ਤੇ ਜਿਹੜਾ ਆਪਾਂ ਪਲੇਨ ਸਿੱਧਾ ਸਿਰ ਪਿੱਛੇ ਨੂੰ ਵਾ ਲੈਂਦੇ ਹਾਂ, ਉਹ ਸੂਟ ਨਹੀਂ ਕਰਦਾ ਹੁੰਦਾ, ਉਹ ਬਿਲਕੁਲ ਨਹੀਂ ਸੋਹਣਾ ਲੱਗਦਾ, ਕਿਉਂਕਿ ਉਹਦੇ ਨਾਲ ਫੇਸ ਲੰਬਾ ਲੱਗਣ ਲੱਗ ਜਾਂਦਾ, ਹੋਰ ਵੀ ਤਾਂ ਪਤਲਾ ਵੀ ਲੱਗਣ ਲੱਗ ਜਾਂਦਾ। ਅਤੇ ਜਿਵੇਂ ਮੇਰਾ ਫੇਸ ਪਤਲਾ ਹੈ ਤਾਂ ਮੇਰੇ ਫੇਸ 'ਤੇ ਫਲੱਫੀ ਸਾਈਡ ਨੂੰ ਜਿਹੜਾ ਫਲੱਫੀ ਹੋਊਗਾ ਉਹੀ ਸੂਟ ਕਰੂਗਾ, ਅਤੇ ਜਿਹੜਾ ਮੈਂ ਪਲੇਨ ਇੱਦਾਂ ਵਾ ਲੈਂਦੀ ਹੁੰਦੀ ਹਾਂ ਚੀਰ ਕੱਢ ਕੇ, ਉਹ ਸੋ ਲੱਗਦਾ ਹੁੰਦਾ, ਨੋਰਮਲ ਹੈ ਬਸ, ਕੁਛ ਐਮ ਨਹੀਂ ਆ ਕਿ ਉਹ ਬਹੁਤ ਵਧੀਆ ਲੱਗਦਾ, ਕੁਛ ਐਮ ਨਹੀਂ ਆ ਕਿ ਬਹੁਤ ਮਾੜਾ ਲੱਗਦਾ, ਠੀਕ ਹੈ ਜੀ। ਸੋ ਉਹ ਤਾਂ ਹੈਗੇ ਨੇ ਨੋਰਮਲ, ਜੇ ਆਪਾਂ ਉਹ 'ਚ ਕੋਈ ਸਟਾਈਲ ਵਾਲੀ ਗੱਲ ਨਹੀਂ ਹੁੰਦੀ ਹੈਗੀ, ਜੇ ਆਪਾਂ ਕੋਈ ਚੀਰ ਕੱਢ ਕੇ ਸਿੱਧਾ ਸਿਰ ਵਾ ਲਿਆ ਉਹ 'ਚ ਕੋਈ ਸਟਾਈਲ ਵਾਲੀ ਗੱਲ ਨਹੀਂ ਹੁੰਦੀ। ਸਟਾਈਲ ਹੁੰਦੀ ਆ, ਹੁੰਦਾ ਕਿ ਜਿਸ ਤਰ੍ਹਾਂ ਹੁਣ ਮੈਂ ਆ ਸਟਾਈਲ ਮਾਰ ਰਹੀ ਹਾਂ ਅੱਜ ਕੱਲ੍ਹ, ਅਤੇ ਇਹ ਵਾਲੇ ਸਟਾਈਲ ਹੁੰਦੇ ਨੇ। ਅਤੇ ਜਿਨ੍ਹਾਂ ਦਾ ਫੇਸ ਹੈਗਾ ਥੋੜ੍ਹਾ ਜਿਹਾ ਚੌੜਾਈ ਨੂੰ, ਉਹਨਾਂ ਦੇ ਫੇਸ 'ਤੇ ਜਿਹੜਾ ਸਿੱਧਾ ਸਿਰ ਹੈ ਉਹ ਬਹੁਤ ਜ਼ਿਆਦਾ ਜੱਚਦਾ ਹੈ, ਜਾਂ ਉਹ ਥੋੜ੍ਹਾ ਜਿਹਾ ਜੇ ਪਫ ਬਣਾ ਲੈਂਦੇ ਨੇ ਉਹਨਾਂ ਦੇ ਬਹੁਤ ਜ਼ਿਆਦਾ ਜੱਚਦਾ। ਪਰ ਜੇ ਉਹ ਮੇਰੀ ਤਰ੍ਹਾਂ ਸਾਈਡਾਂ ਤੋਂ ਫਲੱਫੀ ਕਰ ਲੈਂਦੇ ਨੇ ਚੌੜੇ ਫੇਸ ਵਾਲੇ, ਉਹਨਾਂ ਦੇ ਫੇਸ 'ਤੇ ਉਹ ਚੀਜ਼ ਹੈ ਜਿਹੜੀ ਨਹੀਂ ਜੱਚਦੀ, ਕਿਉਂਕਿ ਉਹ ਹੋਰ ਜ਼ਿਆਦਾ ਚੌੜਾ ਲੱਗਣ ਲੱਗ ਜਾਂਦਾ। ਜਿਹੜਾ ਥੋੜ੍ਹਾ ਜਿਹਾ ਗੋਲ ਹੁੰਦਾ ਫੇਸ, ਨਾ ਤਾਂ ਉਹ ਬਹੁਤ ਜ਼ਿਆਦਾ ਚੌੜਾ ਹੋਵੇ ਅਤੇ ਉਹ ਫੇਸ 'ਤੇ ਵੈਸੇ ਸਿੱਧਾ ਚੀਰ ਕੱਢ ਕੇ ਜਾਂ ਸਾਈਡ ਨੂੰ ਚੀਰ ਕੱਢ ਕੇ ਵੀ ਸੋਹਣਾ ਲੱਗਦਾ। ਪਰ ਜਿਨ੍ਹਾਂ ਦੇ ਲੰਬੇ ਫੇਸ ਵਾਲੇ ਨੇ ਉਹਨਾਂ ਨੂੰ ਚੀਰ ਜ਼ਰੂਰ ਕੱਢਣਾ ਚਾਹੀਦਾ ਅਤੇ ਥੋੜ੍ਹਾ ਜਿਹਾ ਫਲੱਫੀ ਵੀ ਕਰਨਾ ਚਾਹੀਦਾ ਸਾਈਡਾਂ ਤੋਂ, ਤਾਂ ਫੇਸ ਉਹਨਾਂ ਦਾ ਫੇਸ ਹੈ ਜਿਹੜਾ ਉਹ ਜ਼ਿਆਦਾ ਪਤਲਾ ਨਹੀਂ ਲੱਗਦਾ ਅਤੇ ਲੰਬਾ ਨਹੀਂ ਲੱਗਦਾ, ਠੀਕ ਹੈ ਜੀ। ਅਤੇ ਕਈ ਕਈਆਂ ਦੇ ਨਾ ਇੱਕ ਟੇਢਾ ਜਿਹਾ ਚੀਜ਼ ਜਿਹੜਾ ਸਾਈਡ ਤੋਂ ਆ ਉਹ ਵੀ ਜੱਚਦਾ ਹੁੰਦਾ, ਕਿਉਂਕਿ ਕਈਆਂ ਦੇ ਜਿਹੜੇ ਵਾਲ ਨੇ ਉਹਨਾਂ ਦਾ ਸਟਾਈਲ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਇੱਥੋਂ ਥੋੜ੍ਹੇ ਜਿਹੇ ਇੱਦਾਂ ਦਾ ਸਟਾਈਲ ਬਣਿਆ ਹੁੰਦਾ ਅਤੇ ਉਹਨਾਂ ਦੇ ਉਹ ਜੱਚਦਾ ਬਹੁਤ ਹੁੰਦਾ, ਹੈ ਨਾ, ਉਹ ਵੀ ਚੌੜਾ ਜਿਹੜਾ ਫੇਸ ਹੁੰਦਾ ਉਹਨਾਂ 'ਤੇ ਜੱਚਦਾ ਹੁੰਦਾ। ਸੋ ਇਹ ਤਾਂ ਸੀਗਾ ਕਿ ਕਿਸ ਤਰ੍ਹਾਂ ਦਾ ਸਟਾਈਲ ਹੈ ਜਿਹੜਾ। ਇੱਕ ਹੈਗਾ ਜਿਹੜੇ ਲੰਬੇ ਫੇਸ ਵਾਲੇ ਨੇ ਅਤੇ ਉਹ ਜਿਹੜਾ ਫਲੱਫੀ ਜਿਹਾ ਉੱਪਰ ਬਣਾ ਲੈਂਦੇ ਨੇ ਪਫ, ਉਹ ਪਫ ਹੈ ਜਿਹੜਾ ਉਹ ਬਿਲਕੁਲ ਅੱਛਾ ਨਹੀਂ ਲੱਗਦਾ ਹੁੰਦਾ। ਪਰ ਦੇਖੋ ਹੁਣ ਤੁਸੀਂ ਐਂ ਨਾ ਕਿਹੋ ਕਿ ਜਿਹਦਾ ਜੀ ਕਰਦਾ ਉਹਨੇ ਉਹ ਬਣਾਉਣਾ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਆਪਣਾ ਜੀ ਕਰਦਾ ਕਿ ਅਸੀਂ ਇਹ ਵਾਲਾ ਹੇਅਰ ਸਟਾਈਲ ਕਰੀਏ ਅਤੇ ਅਸੀਂ ਕਰ ਲੈਂਦੇ ਹਾਂ, ਉਹ ਸਾਡੀ ਮਰਜ਼ੀ ਹੈ, ਨਹੀਂ ਚੰਗਾ ਲੱਗਦਾ ਜਿਹਨੂੰ ਨਾ ਲੱਗੇ, ਹੈ ਨਾ। ਪਰ ਆਪਾਂ ਵੈਸੇ ਨੋਰਮਲ ਗੱਲ ਕਰ ਰਹੇ ਹਾਂ ਕਿ ਕਿਹੜਾ ਜੱਚਦਾ ਕਿਹੜਾ ਹੁੰਦਾ, ਹੈ ਨਾ। ਹੁਣ ਜੇ ਮੈਂ ਕਹਾਂ ਮੇਰੇ ਪਫ ਜੱਚੂਗਾ, ਮੇਰੇ ਬਿਲਕੁਲ ਨਹੀਂ ਜੱਚੂਗਾ ਪਫ, ਮੈਂ ਸਿੱਧਾ ਸਿਰ ਬਹੁਤ ਦੇਰ ਵਾਹਿਆ, ਇਹੋ ਜਿਹੀ ਗੱਲ ਨਹੀਂ ਆ। ਪਰ ਜਿੰਨਾ ਇਹ ਵਾਲਾ ਸਟਾਈਲ ਜੱਚਦਾ ਉਹ ਮੇਰੇ ਸਿੱਧਾ ਜਿਹੜਾ ਸਿਰ ਹੈ ਇਸ ਤਰ੍ਹਾਂ ਸਿੱਧਾ ਵਾਹਿਆ ਹੋਇਆ ਉਹਨਾਂ ਨੇ ਹੀ ਜੱਚਦਾ ਹੈਗਾ।
ਸੋ ਇਹ ਸੀ ਜੀ ਆਪਣੇ ਹੇਅਰ ਸਟਾਈਲ ਬਾਰੇ ਗੱਲਬਾਤ। ਪਰ ਆਪਣਾ ਜੋ ਮਨ ਕਰਦਾ ਹੁੰਦਾ ਅਸੀਂ ਉਹੀ ਕਰਦੇ ਹੁੰਦੇ ਹਾਂ, ਜੋ ਸਾਨੂੰ ਅੱਛਾ ਲੱਗਦਾ ਅਸੀਂ ਉਹੀ ਕਰਦੇ ਹੁੰਦੇ ਹਾਂ, ਹੈ ਨਾ। ਕਈ ਵਾਰੀ ਸਾਡਾ ਮਨ ਕਰਦਾ ਹੈ ਕਿ ਅਸੀਂ ਪਫ ਬਣਾ ਲਈਏ, ਅਸੀਂ ਬਣਾ ਲੈਂਦੇ ਹਾਂ, ਸਾਡਾ ਜੀ ਕਰਦਾ ਅਸੀਂ ਮੀਡੀਆਂ ਕਰ ਲਈਏ, ਅਸੀਂ ਕਰ ਲੈਂਦੇ ਹਾਂ, ਜਚੇ ਨਾ ਜਚੇ, ਹੈ ਨਾ। ਅਤੇ ਉਹ ਸਾਡੀ ਪ੍ਰੋਬਲਮ ਨਹੀਂ ਹੁੰਦੀ, ਉਹ ਲੋਕਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਤੁਹਾਨੂੰ ਸੋਹਣਾ ਲੱਗਦਾ ਕਿ ਨਹੀਂ ਲੱਗਦਾ। ਜਿਹੜੀ ਚੀਜ਼ ਸਾਨੂੰ ਸੋਹਣੀ ਲੱਗਦੀ ਅਸੀਂ ਉਹ ਕਰ ਲੈਂਦੇ ਹੁੰਦੇ ਹਾਂ। ਸੋ ਚਲੋ ਆਪਾਂ ਤੁਹਾਨੂੰ ਨੋਰਮਲ ਦੱਸਤਾ ਕਿ ਇਸ ਤਰ੍ਹਾਂ ਦੇ ਫੇਸ ਹੁੰਦੇ ਨੇ ਜਿਹੜੇ ਉਹਨਾਂ 'ਤੇ। ਜੇ ਮੈਂ ਆਪਣੀ ਹੀ ਗੱਲ ਕਰਦੀ ਹਾਂ, ਮੈਂ ਤੁਹਾਡੀ ਗੱਲ ਨਹੀਂ ਕਰ ਰਹੀ ਕਿ ਮੇਰੇ ਫੇਸ 'ਤੇ ਜੇ ਪਫ ਬਣਾਵਾਂ ਤਾਂ ਉਹ ਪਫ ਬਿਲਕੁਲ ਨਹੀਂ ਜਚੂਗਾ, ਠੀਕ ਹੈ ਜੀ। ਅਤੇ ਇਸ ਕਰਕੇ ਆਪਾਂ ਉਹ ਕਦੇ ਨਹੀਂ ਬਣਾਇਆ, ਮੈਂ ਟਰਾਈ ਵੀ ਨਹੀਂ ਕੀਤਾ ਹੈਗਾ। ਅਤੇ ਬਾਕੀ ਗੱਲ ਹੈਗੀ ਹੈ ਆਪਣੇ ਮਨ ਦੀ, ਜਿਹਦਾ ਮਨ ਕਰਦਾ ਹੈ। ਕਈ ਲੋਕ ਨੇ, ਕਈ ਭੈਣਾਂ ਨੇ ਅੱਜ ਕੱਲ੍ਹ ਵੀ, ਅੱਜ ਤੱਕ ਵੀ ਉਹ ਪਫ ਹੈ ਜਿਹੜਾ ਉਹ ਬਣਾਉਂਦੀਆਂ ਨੇ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੈ, ਠੀਕ ਹੈ ਜੀ। ਅਤੇ ਉਹ ਹੌਲੀ ਹੌਲੀ ਫਿਰ ਉੱਦਾਂ ਹੀ ਜਚਣ ਲੱਗ ਜਾਂਦਾ, ਸਾਨੂੰ ਆਦਤ ਪੈ ਜਾਂਦੀ ਹੈ, ਹੈਬਚੁਅਲ ਹੋ ਜਾਂਦੇ ਹਾਂ ਦੇਖਣ ਦੇ ਅਗਲੇ ਨੂੰ, ਹੈ ਨਾ। ਅਤੇ ਬਾਕੀ ਗੱਲ ਹੈਗੀ ਹੈ ਕਿ ਜੂੜਾ ਜਿਹੜਾ ਉਹ ਕਿਸ ਤਰ੍ਹਾਂ ਦੇ ਤੁਹਾਡੇ ਮਤਲਬ ਕਿ ਸਿਰ ਦੇ ਸਟਾਈਲ 'ਤੇ ਜਚਦਾ ਹੈ ਜਾਂ ਗਰਦਨ 'ਤੇ ਜਚਦਾ ਹੈ ਨਾ। ਜਿਵੇਂ ਅਸੀਂ ਜੇ ਸਾਡੀ ਲੰਬੀ ਗਰਦਨ ਹੋਵੇ ਤਾਂ ਇੱਕ ਜਿਹੜਾ ਜੂੜਾ ਹੈਗਾ ਗਰਦਨ ਦੇ ਉੱਪਰ ਨੀਵਾਂ ਜਿਹਾ ਜੂੜਾ ਨਹੀਂ ਹੁੰਦਾ ਜਿਹੜਾ, ਉਹ ਸਾਡੇ ਬਹੁਤ ਜ਼ਿਆਦਾ ਸੋਹਣਾ ਲੱਗਦਾ। ਮੈਂ ਦੇਖੀਆਂ ਬਹੁਤ ਸਾਰੀਆਂ ਲੇਡੀਜ਼ ਜਿਨ੍ਹਾਂ ਦੀ ਲੰਬੀ ਸਾਰੀ ਗਰਦਨ ਹੁੰਦੀ ਹੈ, ਉਹਨਾਂ ਦਾ ਇੱਕ ਵਧੀਆ ਜਿਹਾ ਜੂੜਾ ਕੀਤਾ ਹੋਵੇ ਸਟਾਈਲ ਦਾ, ਜਿਹੜਾ ਗਰਦਨ ਜੀ 'ਤੇ ਪੈਂਦਾ ਹੋਵੇ ਢਿੱਲਾ ਜਿਹਾ, ਉਹ ਇੰਨਾ ਕੁ ਪਿਆਰਾ ਲੱਗਦਾ ਜੀ। ਕਈਆਂ ਦੇ ਤਾਂ ਜੂੜਾ ਬਹੁਤ ਹੀ ਜ਼ਿਆਦਾ ਜਚਦਾ ਹੁੰਦਾ, ਹੈ ਨਾ। ਉਹਨਾਂ ਦੇ ਗੁੱਤੇ ਨਹੀਂ ਜਚਦੀ ਹੁੰਦੀ, ਉਹਨਾਂ ਦੀ ਜੂੜਾ ਹੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੁੰਦਾ। ਅਤੇ ਜਿਸ ਤਰ੍ਹਾਂ ਕਿ ਹੁਣ ਮੇਰੀ ਗਰਦਨ ਹੈਗੀ ਹੈ ਨਾ, ਮੇਰੀ ਗਰਦਨ ਜ਼ਿਆਦਾ ਲੰਬੀ ਨਹੀਂ ਹੈਗੀ, ਇਸ ਕਰਕੇ ਮੇਰੇ ਜਿਹੜਾ ਜ਼ਿਆਦਾ ਜੂੜਾ ਹੈਗਾ ਨੀਵਾਂ ਉਹ ਨਹੀਂ ਜਚਣਾ ਹੈਗਾ। ਸੋ ਨੋਰਮਲ ਜੂੜਾ ਜਿਹੜਾ ਉਹ ਜਚ ਸਕਦਾ ਹੈਗਾ, ਉਹ ਮੇਰੀ ਸ਼ਾਇਦ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਖਣ ਨੂੰ ਥੋੜ੍ਹਾ ਜਿਹਾ ਮਿਲ ਜੂਗਾ ਸਟਾਈਲ, ਕਿਵੇਂ ਹੈ, ਕਿਸ ਤਰ੍ਹਾਂ ਦਾ ਜੂੜਾ ਜਿਹੜਾ ਗਰਮੀਆਂ ਦੇ ਵਿੱਚ ਕਰਦੀ ਹੁੰਦੀ ਸੀ, ਜੋ ਅੱਜ ਕੱਲ੍ਹ ਬਿਲਕੁਲ ਨਹੀਂ ਕੀਤਾ ਹੈਗਾ, ਹੈ ਨਾ। ਅਤੇ ਉਹ ਜੂੜਾ ਜਿਹੜਾ ਨਾ ਤਾਂ ਮੇਰੇ ਬਹੁਤ ਜ਼ਿਆਦਾ ਉੱਚਾ ਜਚੇ, ਨਾ ਜ਼ਿਆਦਾ ਨੀਵਾਂ ਜਚੇ, ਸੋ ਮੇਰੇ ਜਿਹੜੇ ਨੋਰਮਲ ਜਿਹਾ ਜੂੜਾ ਹੁੰਦਾ ਉਹ ਹੀ ਜਚਦਾ ਹੈਗਾ। ਅਤੇ ਜਿਨ੍ਹਾਂ ਦੀ ਹਾਈਟ ਬਹੁਤ ਘੱਟ ਹੁੰਦੀ ਹੈ ਅਤੇ ਗਰਦਨ ਬਹੁਤ ਛੋਟੀ ਹੁੰਦੀ ਹੈ, ਉਹਨਾਂ ਦੇ ਉੱਚਾ ਜੂੜਾ ਜਿਹੜਾ ਉਹ ਹੀ ਜਚਦਾ, ਕਿਉਂਕਿ ਉੱਚੇ ਜੂੜੇ ਨਾਲ ਉਹਨਾਂ ਦੀ ਹਾਈਟ ਹੈ ਜਿਹੜੀ ਉਹ ਥੋੜ੍ਹੀ ਜਿਹੀ ਲੰਬੀ ਲੱਗਣ ਲੱਗ ਜਾਂਦੀ ਹੈ। ਸੋ ਇਹ ਸੀਗੇ ਜੀ ਆਪਣੇ ਕੁਝ ਹੇਅਰ ਸਟਾਈਲ 'ਤੇ। ਜਿਹੜੀ ਗੁੱਤ ਹੈਗੀ ਹੈ, ਗੁੱਤ ਮੈਨੂੰ ਲੱਗਦਾ ਉਹ ਹਰ ਇੱਕ ਦੀ ਜਚਦੀ ਹੁੰਦੀ ਹੈ। ਗੁੱਤ ਤਾਂ ਆਮ ਜੀ ਗੱਲ ਹੈਗੀ ਹੈ ਕਿ ਗੁੱਤ ਸਾਰੇ ਹੀ ਕਰ ਲੈਂਦੇ ਨੇ, ਹੈ ਨਾ। ਹੁਣ ਤਾਂ ਅੱਜ ਕੱਲ੍ਹ ਤਾਂ ਲੋਕਾਂ ਨੇ ਪੋਨੀਆਂ ਵਗੈਰਾ ਜ਼ਿਆਦਾ ਕਰ ਲਈਆਂ, ਅਤੇ ਜਾਂ ਚੱਕ ਕੇ ਇੱਦਾਂ ਵਾਲ ਦੇ ਉੱਪਰ ਕਲਿੱਪ ਲਾ ਲੈਣਾ, ਅਤੇ ਇਹ ਵਾਲੇ ਸਟਾਈਲ ਜ਼ਿਆਦਾ ਹੋ ਗਏ। ਪਰ ਗੁੱਤਾਂ ਦਾ ਰਿਵਾਜ਼ ਆ ਜਿਹੜਾ ਉਹ ਥੋੜ੍ਹਾ ਜਿਹਾ ਘੱਟ ਗਿਆ, ਪਰ ਸਾਡੇ ਵਰਗੇ ਹਜੇ ਵੀ ਗੁੱਤਾਂ ਜਿਹੜੇ ਉਹ ਕਰਦੇ ਨੇ, ਔਰ ਮੈਨੂੰ ਗੁੱਤ ਹੀ ਅੱਛੀ ਲੱਗਦੀ ਆ, ਗੁੱਤ ਮੈਨੂੰ ਬਹੁਤ ਵਧੀਆ ਲੱਗਦੀ ਕੀਤੀ ਹੋਈ। ਅਤੇ ਜੇ ਵਾਲ ਥੋੜ੍ਹੇ ਜਿਹੇ ਲੰਬੇ ਹੋਣ ਜ਼ਿਆਦਾ ਤਾਂ ਫਿਰ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ, ਪਰ ਅੱਜ ਕੱਲ੍ਹ ਗੁੱਤ ਆ ਜਿਹੜੀ ਲੋਕ ਉਹ ਘੱਟ ਕਰਦੇ ਨੇ। ਜਿਹਦੇ ਲੰਬੇ ਵਾਲ ਨੇ ਉਹ ਵੀ ਜੇ ਇੱਥੇ ਰਬੜ ਬੈਂਡ ਪਾ ਲੈਂਦੇ ਨੇ, ਰਬੜ ਬੈਂਡ ਪਾ ਕੇ ਤਾਂ ਵਾਲ ਉਸ ਤਰ੍ਹਾਂ ਹੀ ਖੁੱਲ੍ਹੇ ਛੱਡ ਲੈਂਦੇ ਨੇ, ਹੈ ਨਾ। ਚਲੋ ਆਪਣੀ ਆਪਣੀ ਪਸੰਦ ਹੁੰਦੀ ਹੈ, ਜਿਵੇਂ ਕਿਸੇ ਨੂੰ ਠੀਕ ਲੱਗਦਾ, ਹੈ ਨਾ, ਉਵੇਂ ਅਗਲਾ ਕਰ ਲੈਂਦਾ। ਪਰ ਜੇ ਮੈਂ ਕਹਾਂ ਕਿ ਮੈਂ ਹੁਣ ਨੀਵਾਂ ਜੂੜਾ ਕਰਾਂ, ਨੀਵਾਂ ਜੂੜਾ ਕਰੂੰਗੀ ਤਾਂ ਉਨਾ ਨਹੀਂ ਜਚਣਾ ਹੈਗਾ ਮੇਰੇ, ਜਿੰਨਾ ਲੰਬੀ ਗਰਦਨ ਵਾਲੇ ਦੇ ਜਚੂਗਾ। ਠੀਕ ਹੈ ਕਿ ਮੈਂ ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਮੈਂ ਉਹ ਜੂੜਾ ਕਰ ਸਕਦੀ ਹਾਂ, ਇਹ ਵੀ ਨਹੀਂ ਹੈ ਕਿ ਬਹੁਤ ਬੁਰਾ ਲੱਗੂਗਾ, ਪਰ ਉਨਾ ਜ਼ਿਆਦਾ ਨਹੀਂ ਜਚੂਗਾ ਜਿੰਨਾ ਜਿਹਦੀ ਲੰਬੀ ਸਾਰੀ ਗਰਦਨ ਹੁੰਦੀ ਆ ਉਹਦੇ ਜਚਦਾ, ਉਹਦੇ ਤਾਂ ਗੁੱਤ ਵੀ ਜਚ ਜਾਂਦੀ ਹੈ ਜੀ। ਚਲੋ ਰੱਬ ਦੇ ਬਣਾਏ ਬੰਦੇ ਨੇ ਜੀ, ਅਤੇ ਵਿੱਚੇ ਚੰਗੇ ਨੇ ਅਤੇ ਵਿੱਚੇ ਮੰਦੇ ਨੇ, ਹੈ ਨਾ। ਅਤੇ ਪਰਮਾਤਮਾ ਸਭ ਨੂੰ ਵਧੀਆ ਹੀ ਬਣਾ ਕੇ ਭੇਜਦਾ ਹੁੰਦਾ, ਅਤੇ ਪਰ ਉਹ ਹੈਗਾ ਕਿ ਆਪਾਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ, ਕਿਹੜੀ ਚੀਜ਼ ਸਾਡੇ ਕਿਸ ਤਰ੍ਹਾਂ ਸੂਟ ਕਰਦੀ ਹੈ, ਜਚਦੀ ਹੈ ਸਾਡੇ ਫੇਸ 'ਤੇ ਜਚਦੀ ਹੈ, ਉਨਾ ਕੁ ਧਿਆਨ ਤਾਂ ਆਪਾਂ ਨੂੰ ਮੈਨੂੰ ਲੱਗਦਾ ਥੋੜ੍ਹਾ ਜਿਹਾ ਰੱਖ ਲੈਣਾ ਚਾਹੀਦਾ, ਹੈ ਨਾ। ਅਤੇ ਚਲੋ ਜੀ, ਇਹ ਸੀ ਆਪਣੀਆਂ ਅੱਜ ਦੀਆਂ ਕੁਝ ਕੁ ਗੱਲਾਂ, ਕਿਉਂਕਿ ਆਪਣਾ ਟੌਪਿਕ ਹੈ ਜਿਹੜਾ ਕੁਛ ਕੁ ਦਿਨਾਂ ਤੋਂ ਵਾਲਾਂ 'ਤੇ ਹੀ ਚੱਲ ਰਿਹਾ। ਅਤੇ ਬਾਕੀ ਜਿਹੜੇ ਹੈਗੇ ਨੇ, ਹਿਬਿਸਕਸ ਦਾ ਪੌਦਾ ਆਪਣੇ ਲੱਗਿਆ ਹੋਇਆ, ਤੁਹਾਨੂੰ ਹੁਣੇ ਦਿਖਾ ਕੇ ਲੈ ਕੇ ਆਈ ਹਾਂ, ਉਹਦੇ ਫਲਾਵਰ ਲੱਗੇ ਹੋਏ ਨੇ, ਹੈ ਨਾ, ਬੜੇ ਵਧੀਆ ਪੱਤੇ ਨੇ, ਫਲਾਵਰ ਨੇ, ਕਿਉਂਕਿ ਉਹਦੇ ਪੱਤੇ ਅਤੇ ਫਲਾਵਰ ਦੋਨੇ ਹੀ ਸਾਡੇ ਲਈ ਬਹੁਤ ਯੂਜ਼ਫੁੱਲ ਨੇ। ਸੋ ਆਪਾਂ ਹੁਣ ਇੱਕ ਸੀਰਮ ਤੁਹਾਨੂੰ ਮੈਂ ਪਹਿਲਾਂ ਬਣਾ ਕੇ ਦਿਖਾਇਆ ਸੀਗਾ, ਇੱਕ ਸੀਰਮ ਆ ਜਿਹੜਾ ਆਪਾਂ ਉਹਦੇ ਪੱਤਿਆਂ ਤੋਂ ਅਤੇ ਉਹਦੇ ਫੁੱਲਾਂ ਤੋਂ ਜ਼ਰੂਰ ਬਣਾਵਾਂਗੇ, ਕਿਉਂਕਿ ਵਾਲਾਂ ਲਈ ਬਹੁਤ ਜ਼ਿਆਦਾ ਵਧੀਆ, ਵਾਲਾਂ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ।
ਤੇ ਸੋ ਉਹਦੇ ਤੋਂ ਵੀ ਆਪਾਂ ਇੱਕ ਸੀਰਮ ਹੈ ਜਿਹੜਾ ਉਹ ਰੈਡੀ ਕਰਾਂਗੇ। ਕਈ ਵਾਰੀ ਘਰਾਂ 'ਚ ਲੋਕਾਂ ਦੇ ਮਤਲਬ ਕਿ ਉਹ ਪੌਦੇ ਆ ਜਿਹੜੇ ਲੱਗੇ ਹੁੰਦੇ ਨੇ ਅਤੇ ਉਹ ਯੂਜ਼ ਦੇ ਵਿੱਚ ਆ ਜਾਂਦੇ ਨੇ, ਹੈ ਨਾ, ਆਮ ਕਰਕੇ ਆਮ ਹੀ ਹੁੰਦੇ ਨੇ ਵੈਸੇ ਇਹ ਪੌਦੇ, ਐਡੀ ਵੀ ਕੋਈ ਗੱਲ ਨਹੀਂ ਹੈਗੀ, ਆਪਣੇ ਨੇੜੇ ਤੇੜੇ ਹੁੰਦੇ ਨੇ ਜੇ ਆਪਦੇ ਘਰ 'ਚ ਨਹੀਂ ਹੁੰਦੇ ਤਾਂ। ਸੋ ਆਪਾਂ ਉਹਦੇ 'ਤੇ ਵੀ ਇੱਕ ਵਲੌਗ ਹੈ ਜਿਹੜਾ ਉਹਦੇ ਸੀਰਮ ਦਾ ਬਣਾਉਂਗੀ ਹੁਣ ਮੈਂ, ਅਤੇ ਵੈਸੇ ਸੀਰਮ ਆ ਜਿਹੜੇ ਉਹ ਮੈਂ 2-3 ਤੁਹਾਨੂੰ ਜ਼ਰੂਰ ਦੱਸੂਗੀ ਕਿ ਇਸ ਤਰ੍ਹਾਂ ਕਰਕੇ ਬਣਾ। ਕਈ ਵਾਰੀ ਨਾ ਕੁਝ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਘਰ 'ਚ ਸਮਾਨ ਨਹੀਂ ਹੁੰਦਾ, ਜਾਂ ਇੱਕ ਚੀਜ਼ ਵੀ ਨਾ ਹੋਵੇ ਨਾ ਤਾਂ ਫਿਰ ਆਪਾਂ ਕਹਿ ਦਿੰਦੇ ਚੱਲ ਛੱਡ ਪਰੇ, ਇਹ ਤਾਂ ਇਹ ਨਹੀਂ ਬਣਾਉਂਦੇ ਹੈਗੇ। ਅਤੇ ਕਈ ਵਾਰੀ ਐਂ ਲਾ ਲਓ ਵੀ ਤੁਸੀਂ ਜੋ ਚੀਜ਼ ਮੈਂ ਪਹਿਲਾਂ ਤੁਹਾਨੂੰ ਮੇਥੀ ਦਾਣਾ ਦੱਸਿਆ ਸੀਗਾ ਕਿ ਉਹਨੂੰ ਬੋਇਲ ਕਰਕੇ ਆਪਾਂ ਉਹਦੇ ਤੋਂ ਬਣਾਉਣਾ ਹੈਗਾ ਸੀਰਮ ਦੱਸਿਆ ਸੀ, ਅਤੇ ਜੇ ਮੇਥੀ ਦਾਣਾ ਨਾ ਹੋਵੇ ਆਪਾਂ ਘੋਲ ਕਰ ਜਾਂਦੇ ਹਾਂ ਵੀ ਹਾਂ ਵੈਸੇ ਤਾਂ ਆਪਾਂ ਨੂੰ ਲੱਗਦਾ ਕਿ ਇਹ ਤਾਂ ਸੌਖਾ ਹੀ ਆ ਕੰਮ, ਪਰ ਘਰ 'ਚ ਨਹੀਂ ਹੁੰਦਾ ਤਾਂ ਆਪਾਂ ਘੋਲ ਕਰਦੇ ਕਰਦੇ ਫਿਰ ਉਹ ਛੱਡ ਹੀ ਦਿੰਦੇ ਹਾਂ, ਭੁੱਲ ਭੁਲਾਈ ਜਾਂਦੇ ਹਾਂ। ਅਤੇ ਹੋ ਸਕਦਾ ਤੁਹਾਡੇ ਘਰ 'ਚ ਇਹ ਪੌਦਾ ਲੱਗਿਆ ਹੋਵੇ, ਤੁਹਾਡੇ ਘਰ 'ਚ ਵੀ ਇਹ ਫੁੱਲ ਅਤੇ ਪੱਤੇ ਹੋਣ, ਅਤੇ ਤੁਸੀਂ ਉਹਦੇ ਤੋਂ ਈਜ਼ੀਲੀ ਸੀਰਮ ਹੈ ਜਿਹੜਾ ਉਹ ਬਣਾ ਲਓ। ਸੋ ਇਹ ਸੀਰਮ ਵੀ ਮੈਂ ਤੁਹਾਨੂੰ ਜ਼ਰੂਰ ਬਣਾ ਕੇ ਦੱਸੂਗੀ। ਅਤੇ ਨੈਕਸਟ ਹੈਗਾ ਜੀ, ਅੱਜ ਕੁਛ ਕੁ ਸਵਾਲਾਂ ਦੇ ਜਵਾਬ ਹੋਣੇ ਆ। ਬਹੁਤੇ ਸਵਾਲ ਅੱਜ ਨਹੀਂ ਆਏ ਕਿਉਂਕਿ ਸਵਾਲਾਂ ਦੇ ਜਵਾਬ ਹੀ ਮੈਂ ਬਹੁਤ ਸਾਰੇ ਦੇਤੇ ਸੀ। ਸਾਨੂੰ ਆਦਤ ਹੁੰਦੀ ਹੈ ਟੀਚਰਸ ਨੂੰ ਕਿ ਸਾਨੂੰ ਕੁਸ਼ਚਨਸ ਪਤਾ ਹੁੰਦੇ ਨੇ ਕਿ ਲੋਕਾਂ ਦੇ ਮਨ 'ਚ ਕੁਸ਼ਚਨ ਕੀ ਹੋਣਗੇ, ਕਿਉਂਕਿ ਇੰਨੇ ਸਾਲਾਂ ਤੋਂ ਇੰਨੇ ਸਟੂਡੈਂਟਸ ਨਾਲ ਵਾਹ ਕਿਹੜੇ ਕਿਹੜੇ ਕੁਸ਼ਚਨ ਮਨ 'ਚ ਆ ਸਕਦੇ ਆ, ਜੋ ਸਾਡੇ ਅੰਦਰ ਕੁਸ਼ਚਨ ਪੈਦਾ ਹੁੰਦੇ ਨੇ ਕਿਸੇ ਗੱਲ ਨੂੰ ਲੈ ਕੇ ਉਹ ਬਾਕੀਆਂ ਦੇ ਵੀ ਹੁੰਦੇ ਨੇ। ਸੋ ਕੁਝ ਕੁ ਦੇ ਆਂਸਰ ਤਾਂ ਮੈਂ ਪਹਿਲਾਂ ਹੀ ਦੇ ਦਿੰਦੀ ਹੁੰਦੀ ਹਾਂ ਕਿ ਇਹ ਵਾਲਾ ਸਵਾਲ ਤੁਹਾਡੇ ਮਨ 'ਚ ਆਊਗਾ, ਇਹ ਵਾਲਾ ਸਵਾਲ ਤੁਹਾਡੇ ਮਨ 'ਚ ਆਊਗਾ, ਅਤੇ ਬਾਕੀ ਜੇ ਉਹ ਤੁਸੀਂ ਪੁੱਛਦੇ ਹੋ ਅਤੇ ਆਪਾਂ ਉਹਦਾ ਜਵਾਬ ਦੇ ਦਿੰਦੇ ਹਾਂ। ਬਹੁਤ ਸਾਰੀਆਂ ਭੈਣਾਂ ਹਜੇ ਵੀ ਪੁੱਛਦੀਆਂ ਨੇ ਕਿ ਜਿਹੜਾ ਇਹ ਤੁਸੀਂ ਕਲਰ ਬਣਾਇਆ ਸੀਗਾ ਕਿਸ ਤਰ੍ਹਾਂ ਬਣੂਗਾ। ਦੇਖੋ ਜੀ, ਉਹਦੇ 'ਤੇ ਆਪਾਂ ਪੂਰਾ ਵਲੌਗ ਪਾਤਾ ਹੈ, ਅਤੇ ਅਜੇ ਵੀ ਤੁਸੀਂ ਪੁੱਛ ਰਹੇ ਹੋ, ਪਲੀਜ਼ ਤੁਸੀਂ ਚੈਨਲ ਨੂੰ ਜਦੋਂ ਮੈਂ ਵੈਸੇ ਕਹਿੰਦੀ ਨਹੀਂ ਹੁੰਦੀ ਕਿ ਸਬਸਕ੍ਰਾਈਬ ਕਰ ਲਓ, ਪਰ ਮੈਨੂੰ ਕਹਿਣਾ ਪੈ ਰਿਹਾ ਕਿ ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਨਾ ਚੈਨਲ ਨੂੰ ਅਤੇ ਤੁਹਾਡੇ 'ਤੇ ਪੁਰਾਣੀਆਂ ਵੀਡੀਓਜ਼ ਨੇ ਜਿਹੜੀਆਂ ਆਪੇ ਸ਼ੋ ਹੋ ਜਾਂਦੀਆਂ ਹੁੰਦੀਆਂ ਨੇ, ਅਤੇ ਇਸ ਕਰਕੇ ਤੁਸੀਂ ਪਿਛਲੀਆਂ ਵੀਡੀਓ ਦੇਖ ਸਕਦੇ ਹੋ, ਸੀਰਮ ਵੀ ਬਣਾਇਆ ਉਹ ਵੀ ਦੇਖ ਸਕਦੇ ਹੋ। ਅਤੇ ਇਸ ਕਰਕੇ ਹੁਣ ਇਹ ਨਾ ਕਿਹੋ ਕਿ ਇਹ ਕਿਵੇਂ ਬਣੂਗਾ, ਅਤੇ ਉਹਨੂੰ ਬਣਾਉਣਾ ਕੋਈ ਔਖਾ ਨਹੀਂ ਹੈ, ਉਹ ਬਹੁਤ ਈਜ਼ੀ ਬਣ ਜਾਂਦਾ। ਅਤੇ ਇੱਕ ਭੈਣ ਦਾ ਨਾ ਇੰਨਾ ਵਧੀਆ ਕਮੈਂਟ ਆਇਆ ਜੀ ਅੱਜ, ਉਹ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਉਹਨਾਂ ਮੈਂ ਕੱਲ੍ਹ ਵਾਲੇ ਵਲੌਗ 'ਚ ਕਿਹਾ ਸੀਗਾ ਕਿ ਜਿਸ ਤਰ੍ਹਾਂ ਕਿ ਆਪਾਂ 50+ ਹਾਂ ਅਤੇ ਆਪਾਂ ਇਹ ਸੋਚੀਏ ਕਿ ਸਾਡੇ ਹੁਣ ਚਿੱਟੇ ਵਾਲ ਕਾਲੇ ਹੋ ਜਾਣਗੇ, ਉਹ ਤਾਂ ਨਹੀਂ ਹੁੰਦੇ। ਅਤੇ ਕਿਸੇ ਭੈਣ ਦਾ ਕਮੈਂਟ ਆਇਆ ਕਹਿੰਦੇ ਜੀ ਤੁਸੀਂ ਤਾਂ 50+ ਨਹੀਂ ਲੱਗਦੇ ਹੈਗੇ, ਸਾਨੂੰ ਰਿੰਕਲਸ ਤੋਂ ਕੋਈ ਕਰੀਮ ਦੱਸੋ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ 50+ ਨਹੀਂ ਲੱਗਦੀ, ਅਤੇ ਥੈਂਕ ਯੂ ਜੀ ਜਿਨ੍ਹਾਂ ਨੂੰ ਨਹੀਂ ਲੱਗਦੀ ਹੈਗੀ। ਪਰ ਕਈਆਂ ਨੂੰ ਤਾਂ ਸ਼ਾਇਦ ਮੈਂ ਜ਼ਿਆਦਾ ਬੁੜੀ ਲੱਗਦੀ ਹਾਂ, ਕਿ ਐਂ ਵੀ ਕਹਿ ਦਿੰਦੇ ਨੇ ਕਿ ਤੁਸੀਂ ਬੁੜੇ ਹੋ, ਸ਼ਾਇਦ ਮੇਰੇ ਤੋਂ ਕੋਈ ਜੈਲਸੀ ਕਰਦਾ ਹੋਣਾ, ਇਸ ਕਰਕੇ ਲਿਖਦੇ ਨੇ ਕਿ ਬੁੜੇ ਹੋ, ਵੈਸੇ ਮੈਂ ਬੁੜੀ ਲੱਗਦੀ ਨਹੀਂ ਹੈਗੀ। ਚਲੋ ਜੀ, ਇਹ ਤਾਂ ਸੀਗਾ ਆਪਣੀ ਮਜ਼ਾਕ ਦੀ ਗੱਲ, ਅਤੇ ਬਾਕੀ ਆਪਾਂ ਰਿੰਕਲਸ ਤੋਂ ਵੀ ਤੁਹਾਨੂੰ ਕਰੀਮ ਦੱਸਾਂਗੇ, ਔਰ ਮੈਂ ਇੱਕ ਐਕਸਰਸਾਈਜ਼ ਵੀ ਜ਼ਰੂਰ ਦੱਸੂਗੀ ਰਿੰਕਲਸ ਤੋਂ, ਠੀਕ ਹੈ ਜੀ। ਉਹਦੇ ਨਾਲ ਜੋ ਆਪਾਂ ਮੈਂ ਤੁਹਾਨੂੰ ਮਤਲਬ ਕਿ ਇੱਕ ਪ੍ਰਾਣਾਯਾਮ ਦੱਸੂਗੀ ਜਿਹਦੇ ਨਾਲ ਤੁਹਾਡੀਆਂ ਛਾਈਆਂ ਨੇ ਜਿਹੜੀਆਂ ਉਹ ਵੀ ਚਲੀਆਂ ਜਾਣਗੀਆਂ। ਮੈਂ ਇੱਕ ਦਿਨ ਪਹਿਲਾਂ ਵੀ ਬਲੌਗ ਪਾਇਆ ਸੀ ਕਿ ਛਾਈਆਂ ਦੀ ਕੋਈ ਦਵਾਈ ਇਹੋ ਨਹੀਂ ਜਿਹੜੀ ਉੱਪਰ ਲਾ ਕੇ ਛਾਈਆਂ ਖਤਮ ਹੋ ਜਾਣ। ਕੁਛ ਇਹੋ ਟੋਨਿਕ, ਕੁਛ ਇਹੋ ਵਿਟਾਮਿਨਸ ਦੇ ਕੈਪਸੂਲ ਜਾਂ ਟੈਬਲੇਟਸ ਜਿਹੜੀਆਂ ਖਾ ਕੇ ਜਾਂ ਜਿਹੜੀਆਂ ਮਤਲਬ ਕਿ ਕੋਈ ਸੀਰਪ ਇਸ ਤਰ੍ਹਾਂ ਦੇ ਜਿਹੜੇ ਪੀ ਕੇ ਸ਼ਾਇਦ ਛਾਈਆਂ ਨੇ ਜਿਹੜੀਆਂ ਉਹ ਸਾਡੀ ਅੰਦਰਲੀ ਡੈਫੀਸ਼ੈਂਸੀ ਨੂੰ, ਅੰਦਰਲੀ ਕਮੀ ਨੂੰ ਪੂਰਾ ਕਰ ਦੇਣ, ਅਤੇ ਸਾਡੀਆਂ ਛਾਈਆਂ ਜਿਹੜੀਆਂ ਉਹ ਗਾਇਬ ਹੋ ਜਾਣ ਜਾਂ ਘੱਟ ਜਾਣ। ਉਹ ਉੱਪਰੋਂ ਲਾਉਣ ਦੇ ਨਾਲ ਨਹੀਂ ਘੱਟਦੀਆਂ, ਉੱਪਰੋਂ ਲਾਉਣ ਦੇ ਨਾਲ ਤਾਂ ਸਿਰਫ ਸਾਡੀ ਸਕਿੰਨ ਆ ਜਿਹੜੀ ਉਹ ਸਾਫ਼ ਹੋ ਜਾਂਦੀ ਹੈ, ਜਾਂ ਜਿਹੜੀ ਟੈਨਿੰਗ ਆਈ ਹੁੰਦੀ ਆ ਉਹ ਟੈਨਿੰਗ ਨੂੰ ਰਿਮੂਵ ਕਰ ਦਿੰਦੀ ਹੈ। ਬਸ ਇੰਨਾ ਹੀ ਕੰਮ ਹੈ ਜੀ, ਛਾਈਆਂ ਉੱਪਰੋਂ ਲਾ ਕੇ ਕਦੇ ਖਤਮ ਨਹੀਂ ਹੁੰਦੀਆਂ। ਪ੍ਰਾਣਾਯਾਮ ਮੈਂ ਤੁਹਾਨੂੰ ਦੱਸ ਦੂੰਗੀ ਵੀ ਇਹ ਵਾਲੇ ਕਰ ਲਿਆ ਕਰੋ, ਉਹਦੇ ਨਾਲ ਤੁਹਾਡੀਆਂ ਰਿੰਕਲਸ ਵੀ ਘਟਣਗੀਆਂ ਔਰ ਤੁਹਾਡੀਆਂ ਛਾਈਆਂ ਵੀ ਘਟਣਗੀਆਂ। ਬਾਕੀ ਆਪਾਂ ਰਿੰਕਲਸ ਲਈ ਇੱਕ ਕਰੀਮ ਹੈ ਜਿਹੜੀ ਉਹ ਜ਼ਰੂਰ ਤਿਆਰ ਕਰਾਂਗੇ, ਔਰ ਉਹ ਵੀ ਫੁੱਲਾਂ ਤੋਂ ਤਿਆਰ ਕਰਾਂਗੇ, ਠੀਕ ਹੈ ਜੀ। ਉਹ ਫੁੱਲ ਸ਼ਾਇਦ ਮੇਰੇ ਘਰ ਨਹੀਂ ਹੈਗੇ, ਫੁੱਲ ਜੇ ਮੈਨੂੰ ਆਲੇ ਦੁਆਲੇ ਤੋਂ ਮਿਲ ਜਾਣਗੇ ਜਾਂ ਮੈਨੂੰ ਸਕੂਲ 'ਚੋਂ ਮਿਲ ਜਾਣਗੇ ਤਾਂ ਮੈਂ ਉਹ ਫਲਾਵਰ ਹੈ ਜਿਹੜੇ ਜ਼ਰੂਰ ਲੈ ਕੇ ਆਊਂਗੀ।
ਫਿਰ ਆਪਾਂ ਉਹਦੇ ਤੋਂ ਇੱਕ ਕਰੀਮ ਹੈ ਜਿਹੜੀ ਉਹ ਜ਼ਰੂਰ ਰੈਡੀ ਕਰਾਂਗੇ, ਠੀਕ ਹੈ ਜੀ। ਅਤੇ ਇੰਡੀਪੈਂਡੈਂਟ ਨੈਟਵਰਕ ਦੀ ਆਈ ਡੀ ਤੋਂ ਆਇਆ, ਕਹਿੰਦੇ ਜੀ ਬਲੌਗਿੰਗ ਦੇ ਵੀ ਬੜੇ ਪੰਗੇ ਨੇ। ਨਹੀਂ ਜੀ, ਪੰਗੇ ਨਹੀਂ ਆਪਾਂ ਕਹਿ ਸਕਦੇ ਇਹਨੂੰ, ਇਹ ਅੱਛਾ ਵੀ ਲੱਗਦਾ, ਇੱਕ ਬਹੁਤ ਵਧੀਆ ਪਲੇਟਫਾਰਮ ਹੈਗਾ ਇੰਟਰੈਕਟ ਕਰਨ ਦਾ ਦੂਜਿਆਂ ਨਾਲ, ਹੈ ਨਾ। ਜਿਵੇਂ ਮੇਰੇ ਨਾਲ ਤਾਂ ਬਹੁਤ ਸਾਰੀਆਂ ਹੁਣ ਭੈਣਾਂ ਜੁੜੀਆਂ ਹੋਈਆਂ ਨੇ, ਬੜਾ ਪਿਆਰ ਦਿੰਦੀਆਂ ਨੇ ਅਤੇ ਬਹੁਤ ਗੱਲਬਾਤ ਉਹਨਾਂ ਨਾਲ ਮੇਰੀ ਚੱਲਦੀ ਰਹਿੰਦੀ ਹੈ, ਕਈਆਂ ਨੂੰ ਤਾਂ ਹੁਣ ਮੈਂ ਪਰਸਨਲੀ ਜਾਣਨ ਲੱਗ ਗਈ ਹਾਂ। ਅਤੇ ਜਿਵੇਂ ਨਾ ਬੈਸ ਫੈਮਿਲੀ ਦੀ ਆਈ ਡੀ ਤੋਂ ਕਿਸੇ ਹੋਰ ਵਲੋਗ ਦੇ ਉੱਪਰ, ਕਿਸੇ ਦੇ ਹੋਰ ਦੇ ਵਲੋਗ ਦੇ ਉੱਪਰ ਕਮੈਂਟ ਆਇਆ ਹੋਇਆ ਸੀਗਾ ਕੋਈ, ਅਤੇ ਮੈਂ ਨਾਲ ਦੀ ਨਾਲ ਬੀਬੀ ਨੂੰ ਕਿਹਾ ਕਿ ਇਹ ਆਪਣੇ ਨਾਲ ਵੀ ਜੁੜੇ ਹੋਏ ਨੇ, ਨਿਰਮਲਜੀਤ ਭੈਣ ਨੇ ਮੋਹਾਲੀ ਤੋਂ। ਇਸ ਤਰ੍ਹਾਂ ਆਪਾਂ ਜਾਣਨ ਲੱਗ ਜਾਂਦੇ ਹਾਂ, ਅਤੇ ਇੱਕ ਵਧੀਆ ਪਲੇਟਫਾਰਮ ਵੀ ਹੈਗਾ ਕਿਸੇ ਨਾਲ ਆਪਣੀ ਇੰਟਰੈਕਸ਼ਨ ਜਿਹੜੀ ਉਹ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ ਵਲੋਗਿੰਗ ਦੇ ਥਰੂ। ਅਤੇ ਚਲੋ ਥੋੜ੍ਹਾ ਜਿਹਾ ਸੋਚ ਸਮਝ ਕੇ ਬੋਲਣਾ ਪੈਂਦਾ ਅਤੇ ਵਲੋਗਿੰਗ ਬਣਾਉਣਾ ਪੈਂਦਾ, ਔਰ ਟਾਈਮ ਕੰਜ਼ਿਊਮਿੰਗ ਜ਼ਰੂਰ ਹੈਗਾ, ਟਾਈਮ ਬਹੁਤ ਕੰਜ਼ਿਊਮ ਹੁੰਦਾ ਉਹਦੇ 'ਤੇ। ਤੁਹਾਨੂੰ ਕੰਟੈਂਟ ਸੋਚਣਾ ਪੈਂਦਾ, ਇਹ ਵਾਲੇ ਪੰਗੇ ਜ਼ਰੂਰ ਹੈਗੇ ਨੇ ਕਿ ਕੰਟੈਂਟ ਆ ਜਿਹੜਾ ਉਹ ਸੋਚਣਾ ਪੈਂਦਾ, ਨਵਾਂ ਨਵਾਂ ਕੰਟੈਂਟ ਤੁਹਾਨੂੰ ਲੈ ਕੇ ਆਉਣਾ ਪੈਂਦਾ, ਹੈ ਨਾ। ਅਦਰਵਾਈਜ਼ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਬਹੁਤ ਅੱਛੀ ਗੱਲ ਹੈ, ਮੈਨੂੰ ਤਾਂ ਲੱਗਦਾ ਸਾਰਿਆਂ ਨੂੰ ਵਲੋਗਿੰਗ ਕਰਨੀ ਚਾਹੀਦੀ ਹੈ, ਸਾਰਿਆਂ ਨੂੰ ਯੂਟਿਊਬ 'ਤੇ ਆਉਣਾ ਚਾਹੀਦਾ, ਬਹੁਤ ਅੱਛੀ ਗੱਲ ਹੈ ਇਹ, ਕਿਉਂਕਿ ਅੱਜ ਕੱਲ੍ਹ ਆਪਣਾ ਲੋਕਾਂ ਦਾ ਆਪਸ ਦੇ ਵਿੱਚ ਜਿਹੜਾ ਇੰਟਰੈਕਸ਼ਨ ਆ ਉਹ ਬਹੁਤ ਘੱਟ ਗਿਆ, ਅਤੇ ਹੁਣ ਇਸ ਤਰ੍ਹਾਂ ਯੂਟਿਊਬ ਦੇ ਥਰੂ ਆ ਜਿਹੜਾ ਉਹ ਆਪਾਂ ਜ਼ਿਆਦਾ ਇੰਟਰੈਕਟ ਕਰਦੇ ਹਾਂ, ਗੱਲਬਾਤ ਆਪਣੀ ਜ਼ਿਆਦਾ ਹੁੰਦੀ ਹੈ। ਅਤੇ ਲਓ ਜੀ, ਤੁਸੀਂ ਆ ਲਿਓ, ਦੇਖੋ ਤੁਸੀਂ ਹਰਪ੍ਰੀਤ ਗਿੱਲ ਦੀ ਆਈ ਡੀ ਤੋਂ, ਤੁਸੀਂ 50+ ਨਹੀਂ ਲੱਗਦੇ, ਰਿੰਕਲ ਲਈ ਰੈਮਡੀ ਦੱਸੋ, ਰਿੰਕਲਸ ਲਈ ਆਪਾਂ ਤੁਹਾਨੂੰ ਰੈਮਡੀ ਜ਼ਰੂਰ ਦੇਵਾਂਗੇ ਜੀ ਹਰਪ੍ਰੀਤ ਜੀ। ਅਤੇ ਥੈਂਕ ਯੂ ਕਿ ਤੁਸੀਂ ਮੇਰੀ ਪ੍ਰੇਜ਼ ਕੀਤੀ ਹੈ। ਅਤੇ ਲਓ ਜੀ ਮੈਮ, ਤੁਸੀਂ ਆਪਣਾ ਹੇਅਰ ਸਟਾਈਲ ਵੀ ਬਣਾਉਣਾ ਦੱਸੋ। ਮੇਰਾ ਤਾਂ ਹੇਅਰ ਸਟਾਈਲ ਬਹੁਤ ਜ਼ਿਆਦਾ ਸੌਖਾ ਜੀ, ਮੈਂ ਇੱਕ ਦਿਨ ਦੱਸਿਆ ਵੀ ਹੈ ਕਿਸੇ ਵਲੌਗ ਦੇ ਵਿੱਚ, ਮੈਂ ਵਾਲ ਵਾਹੁੰਦੀ ਨੇ ਦੱਸਦਾ ਸੀਗਾ ਕਿ ਇਸ ਤਰ੍ਹਾਂ ਕਰਕੇ ਸਟੈਪ ਵਾਈਜ਼ ਵਾਲ ਚੱਕਦੇ ਜਾਓ, ਤਿਲ ਪੇਟਦੇ ਜਾਓ, ਬਸ ਰੋਲ ਕਰਨੇ ਨੇ, ਕੁਛ ਨਹੀਂ ਹੈਗਾ। ਮੇਰਾ ਤਾਂ ਜੀ ਹੇਅਰ ਸਟਾਈਲ ਬਹੁਤ ਹੀ ਜ਼ਿਆਦਾ ਈਜ਼ੀ ਹੈ। ਇੱਕ ਇਹਨਾਂ ਨੇ ਲਿਖਿਆ ਕਿ ਮੇਥੀ ਦਾਣਾ ਜਿਹੜਾ ਤੁਸੀਂ ਸੀਰਮ ਦੱਸਿਆ ਸੀ, ਕੜੀ ਪੱਤਾ ਵਿਟਾਮਿਨ ਈ ਅਤੇ ਗੁਲਾਬ ਜਲ ਵਾਲਾ, ਉਹਦੇ 'ਚ ਮੇਥੀ ਦਾਣਾ ਬਰੀਕ ਵਾਲਾ ਪਾਉਣਾ ਜਾਂ ਮੋਟਾ ਪਾਉਣਾ? ਮੇਥੀ ਦਾਣਾ ਪਾਉਣਾ ਜੀ, ਬਰੀਕ ਵਾਲਾ। ਅਤੇ ਨੈਕਸਟ ਹੈ ਜੀ, ਮੈਂ ਤੁਹਾਡੇ ਵਲੌਗ ਸਿਰਫ 3 ਕੁ ਦਿਨ ਤੋਂ ਹੀ ਦੇਖਣੇ ਸਟਾਰਟ ਕੀਤੇ, ਪਰ ਪਤਾ ਨਹੀਂ ਕੀ ਗੱਲ ਹੈ ਕਿ ਬੜਾ ਆਪਣਾਪਨ ਜਿਹਾ ਮਹਿਸੂਸ ਹੋਇਆ ਹੈ। ਬਹੁਤ ਸਾਫ਼ ਦਿਲ ਇਨਸਾਨ ਹੋ ਤੁਸੀਂ, ਹੁਣ ਮੈਂ ਤੁਹਾਡੇ ਹਰ ਵਲੌਗ ਦੇਖ ਰਹੀ ਹਾਂ। ਆਈ ਐਮ ਰਮਾ ਫਰੋਮ ਜਲੰਧਰ, ਨੈਕਸਟ ਵਲੌਗ ਵਿੱਚ ਮੇਰਾ ਨਾਮ ਜ਼ਰੂਰ ਲੈਣਾ। ਥੈਂਕ ਯੂ ਰਮਾ ਜੀ, ਥੈਂਕ ਯੂ ਸੋ ਮੱਚ। ਮੇਰੀ ਤਾਂ ਖੁਦ ਅਟੈਚਮੈਂਟ ਤੁਹਾਡੇ ਸਾਰਿਆਂ ਨਾਲ ਬਹੁਤ ਹੈਗੀ ਹੈ ਜੀ, ਮੈਨੂੰ ਤੁਸੀਂ ਸਾਰੀਆਂ ਹੀ ਆਪਣੀਆਂ ਲੱਗਦੀਆਂ ਹੋ, ਸਾਰੀਆਂ ਮੇਰੀਆਂ ਵੱਡੀਆਂ ਭੈਣਾਂ, ਛੋਟੀਆਂ ਭੈਣਾਂ, ਜਿਹੜੇ ਆਂਟੀ ਆਂਟੀ ਲਿਖਦੇ ਨੇ ਨਾ ਉਹ ਵੀ ਬੱਚੇ ਮੈਨੂੰ ਬਹੁਤ ਪਿਆਰੇ ਲੱਗਦੇ ਨੇ। ਸੋ ਥੈਂਕ ਯੂ ਰਮਾ ਜੀ, ਥੈਂਕ ਯੂ ਸੋ ਮੱਚ, ਹੁਣ ਤੁਸੀਂ ਮੇਰੇ ਨਾਲ ਜੁੜੇ ਰਹੋ। ਥੈਂਕ ਯੂ ਭੈਣ ਜੀ, ਜੋ ਤੁਸੀਂ ਸਾਡੇ ਲਈ ਇੰਨਾ ਸਟਰਗਲ ਕਰਦੇ ਹੋ, ਤੁਸੀਂ ਹਮੇਸ਼ਾ ਸੱਚ ਦੱਸਦੇ ਹੋ, ਬਹੁਤ ਸੱਚਾ ਇਨਸਾਨ ਹੋ ਤੁਸੀਂ, ਇਸ ਓਇਲ ਦੀ ਜੜ ਤੱਕ ਜਾ ਕੇ ਸਭ ਕੁਝ ਦੱਸਿਆ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ, ਤੁਹਾਨੂੰ ਥੈਂਕ ਯੂ। ਰਾਜਦੀਪ ਬਰਾੜ ਦੀ ਆਈ ਡੀ ਤੋਂ ਆਇਆ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਇੱਥੇ ਸੱਚ ਤੋਂ ਬਿਨਾਂ ਹੋਰ ਕੁਛ ਨਹੀਂ ਰਹਿਣਾ ਜੀ, ਠੀਕ ਹੈ ਜੀ। ਅਤੇ ਇਸ ਲਈ ਜੇ ਥੋੜ੍ਹਾ ਜਿਹਾ ਸੱਚ ਬੋਲਿਆ ਜਾਵੇ ਤਾਂ ਚੰਗਾ, ਪਰ ਮੈਨੂੰ ਲੱਗਦਾ ਕਹਿੰਦੇ ਹੁੰਦੇ ਆ ਵੀ ਬਾਹਲਾ ਵੀ ਸੱਚ ਨਾ ਬੋਲ, ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ, 2-4 ਬੰਦੇ ਰੱਖ ਲੈ ਮੋਢਾ ਦੇਣ ਲਈ, ਹੈ ਨਾ। ਕਹਿੰਦੇ ਹੁੰਦੇ ਆ ਇੱਕ ਸ਼ਾਇਰੋ ਸ਼ਾਇਰੀ ਹੈਗੀ ਆ, ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ, 4 ਕੁ ਬੰਦੇ ਰੱਖ ਲੈ ਮੋਢਾ ਦੇਣ ਲਈ। ਸੋ ਪਤਾ ਨਹੀਂ ਹੁਣ ਕਿੰਨਾ ਕੁ ਮੇਥੋਂ ਸੱਚ ਬੋਲਿਆ ਜਾ ਰਿਹਾ, ਮੈਂ ਤਾਂ ਕੋਸ਼ਿਸ਼ ਕਰਦੀ ਹਾਂ ਹਮੇਸ਼ਾ ਕਿ ਸੱਚ ਬੋਲਾਂ। ਹੁਣ ਤਾਂ ਮੈਨੂੰ ਲੱਗਦਾ ਮੋਢਾ ਦੇਣ ਲਈ ਬੰਦਿਆਂ ਦੀ ਲੋੜ ਨਹੀਂ ਹੁੰਦੀ, ਹੁਣ ਤਾਂ ਉਹ ਗੱਡੀ ਜੀ ਆ ਜਾਂਦੀ ਹੈ ਗੇਟ 'ਤੇ ਅਤੇ ਉਹਦੇ ਵਿੱਚ ਹੀ ਚੱਕ ਕੇ ਲੈ ਜਾਂਦੇ ਨੇ, ਮੋਢੇ ਵਾਲਾ ਤਾਂ ਕੰਮ ਹੀ ਖਤਮ ਹੋ ਗਿਆ ਜੀ ਹੁਣ। ਸੋ ਮੈਨੂੰ ਲੱਗਦਾ ਤਾਂ ਕਰਕੇ ਹੀ ਹੁਣ ਝੂਠ ਆ ਜਿਹੜਾ ਉਹਦਾ ਜ਼ਿਆਦਾ ਬਹੁਤ ਬਾਲਾ ਹੋ ਗਿਆ ਕਿ ਸਾਨੂੰ ਬੰਦਿਆਂ ਦੀ ਲੋੜ ਨਹੀਂ ਹੈ ਜਿਹੜਾ ਸਾਨੂੰ ਚੱਕ ਕੇ ਲੈ ਕੇ ਜਾਣਗੇ।
ਇਹਨੂੰ ਜ਼ਿਆਦਾ ਸੀਰੀਅਸ ਨਾ ਲਿਆ ਕਰੋ ਜੀ, ਇਸ ਤਰ੍ਹਾਂ ਦੀਆਂ ਮੇਰੀਆਂ ਹਾਸੇ ਮਜ਼ਾਕ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ, ਇਹਨੂੰ ਲੈ ਕੇ ਕੋਈ ਜ਼ਿਆਦਾ ਕਮੈਂਟਬਾਜ਼ੀ ਨਾ ਕਰਿਓ ਕਿ ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ, ਇਸ ਤਰ੍ਹਾਂ ਕਿਉਂ ਬੋਲਦੇ ਹੋ। ਮੈਂ ਤਾਂ ਐਵੇਂ ਮਜ਼ਾਕ ਮਜ਼ਾਕ ਦੇ ਵਿੱਚ ਤੁਹਾਡੇ ਨਾਲ ਬੋਲ ਜਾਂਦੀ ਹਾਂ, ਤੁਸੀਂ ਕੋਈ ਵੀ ਇਹਨੂੰ ਇੰਨਾ ਸੀਰੀਅਸ ਲੈ ਕੇ ਅਤੇ ਕੋਈ ਕਮੈਂਟਬਾਜ਼ੀ ਇਸ ਤਰ੍ਹਾਂ ਦੀ ਨਾ ਕਰਿਓ ਪਲੀਜ਼। ਭੈਣ ਜੀ, ਮੇਰਾ ਫੁੱਟ ਵਿੱਚ ਬਹੁਤ ਪੇਨ ਹੁੰਦਾ ਹੈ ਅਤੇ ਸੋਜ ਵੀ ਹੈ, ਕੋਈ ਇਸ ਦਾ ਲਈ ਵੀ ਦੱਸੋ। ਤੁਹਾਨੂੰ ਕੋਈ ਹੋਰ ਪ੍ਰੋਬਲਮ ਹੋਣੀ ਆ ਜੀ, ਕੋਈ ਕਿਡਨੀ ਦੀ, ਕੋਈ ਬੀ ਪੀ ਦੀ, ਕੋਈ ਕੋਈ ਨਰਵ ਦੀ, ਹੈ ਨਾ, ਕੋਈ ਲੱਤ ਦਰਦ ਕਰਨ ਦੀ, ਕੋਈ ਸ਼ਾਟਿਕਾ ਪੇਨ, ਕੁਛ ਨਾ ਕੁਛ ਹੋਰ ਹੋਊਗਾ ਤਾਂ ਤੁਸੀਂ ਉਹ ਦੱਸਿਆ ਨਹੀਂ ਹੈਗਾ, ਜ਼ਰੂਰ ਦੱਸੋ ਪਲੀਜ਼। ਇਹ ਹੈਗੇ ਸੀਗੇ ਜੀ ਗੁਰਵਿੰਦਰ ਕੌਰ ਦੀ ਆਈ ਡੀ ਤੋਂ, ਸੁਖਮੰਦਰ ਦੀ ਆਈ ਡੀ ਤੋਂ। ਦੀਦੀ, ਤੁਹਾਡੇ ਦੰਦਾਂ 'ਤੇ ਕੈਪ ਕਿੰਨੀ ਦੇਰ ਬਾਅਦ ਚੜ੍ਹਾਉਣਗੇ ਡਾਕਟਰ ਸਾਹਿਬ? ਮੈਨੂੰ ਤਾਂ 1 ਮੰਥ ਬਾਅਦ ਕਿਹਾ। ਲਓ ਜੀ, ਇਹ ਸੁਖਮੰਦਰ ਭੈਣ ਵੀ ਪੰਗਾ ਲਈ ਬੈਠੀ ਹੈ ਦੰਦਾਂ ਦੇ ਨਾਲ, ਅਤੇ ਮੇਰੇ ਤਾਂ ਜੀ ਹਜੇ ਤੱਕ ਮਸਕਲੀ ਆਰ ਸੀ ਟੀ ਹੋਈ ਹੈ, ਔਰ ਜਿਹੜੇ ਹੈਲਦੀ ਟੀਥ ਸੀਗੇ ਮੇਰੇ ਉਹ ਵੀ ਮੈਂ ਡੈਡ ਕਰਵਾਏ ਨੇ। ਪੇਨ ਤਾਂ ਦੋਵਾਂ ਦੇ ਵਿੱਚ ਹੀ ਸੀਗੀ ਜੀ, ਬਾਕੀ ਤਾਂ ਫਿਰ ਮੈਂ ਨਾਲ ਡੈਡ ਕਰਵਾ ਲਏ ਕਿਉਂਕਿ ਮੈਂ ਸਾਰਿਆਂ ਦੀ ਕੈਪਿੰਗ ਕਰਵਾਉਣੀ ਸੀਗੀ। ਪਰ ਮੈਂ ਦੇਖਿਆ ਬਹੁਤ ਸਾਰੇ ਡਾਕਟਰ ਜਿਹੜੇ ਜਦੋਂ ਤੁਹਾਡੇ ਮਤਲਬ ਉਹ ਕਰਦੇ ਨੇ ਨਾ ਆਰ ਸੀ ਟੀ, ਤਾਂ ਪਹਿਲਾਂ ਹੀ ਦੰਦ ਆ ਜਿਹੜੇ ਉਹ ਘਸਾ ਕੇ ਛੋਟੇ ਕਰ ਦਿੰਦੇ ਨੇ, ਪਰ ਜਿਨ੍ਹਾਂ ਤੋਂ ਮੈਂ ਕਰਾ ਰਹੀ ਹਾਂ ਉਹ ਇਸ ਤਰ੍ਹਾਂ ਕੁਛ ਵੀ ਨਹੀਂ ਕਰਦੇ ਹੈਗੇ, ਅਤੇ ਤੁਹਾਨੂੰ ਫੀਲ ਵੀ ਨਹੀਂ ਹੋ ਰਿਹਾ ਹੋਣਾ ਕਿ ਮੇਰੀ ਕੋਈ ਆਰ ਸੀ ਟੀ ਹੋਈ ਹੈ। 3 ਦਿਨ ਦੇ ਪੇਨ ਕਿਲਰ ਵਗੈਰਾ ਦਿੱਤੇ ਸੀਗੇ ਅਤੇ ਮੈਨੂੰ ਲੱਗਦਾ ਹੁਣ ਤਾਂ ਹਫ਼ਤਾ ਹੋ ਗਿਆ, ਅਤੇ ਮੇਰੇ ਪੇਨ ਵਗੈਰਾ ਕੁਛ ਨਹੀਂ ਹੈਗਾ, ਹੁਣ ਮੈਂ ਬਿਲਕੁਲ ਓਕੇ ਹਾਂ। ਅਤੇ ਉਹ ਖੁਦ ਹੀ ਮੈਨੂੰ ਫੋਨ ਕਰਨਗੇ, ਜਦੋਂ ਮੈਨੂੰ ਫੋਨ ਕਰਨਗੇ ਬੁਲਾਉਣਗੇ ਤਾਂ ਮੈਂ ਚਲੀ ਜਾਊਂਗੀ, ਫਿਰ ਉਹਨਾਂ ਨੇ ਮੇਰਾ ਸਾਈਜ਼ ਵਗੈਰਾ ਲੈਣਗੇ, ਫਿਰ ਉਹ ਮੇਰਾ ਜਿਹੜੇ ਟੀਥ ਨੇ ਉਹ ਘਸਾਉਣਗੇ। ਔਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ, ਮੈਂ ਉਹਨਾਂ ਨੂੰ ਜਦੋਂ ਕਿਹਾ ਸੀਗਾ ਕਿ ਮੈਂ ਤਾਂ ਫਿਰ ਸਕੂਲ ਜਾਣਾ ਹੁੰਦਾ, ਡਿਊਟੀ 'ਤੇ ਜਾਣਾ, ਮੈਂ ਇਸ ਤਰ੍ਹਾਂ ਕਿਵੇਂ ਜਾਊਂਗੀ ਕਿਉਂਕਿ 5 ਦੰਦ ਨੇ ਮੇਰੇ ਤਾਂ, ਅਤੇ ਉਹ ਕਹਿੰਦੇ ਉਹਨਾਂ ਨੇ ਮੈਨੂੰ, ਦੇਖੋ ਉਦੋਂ ਤਾਂ ਇਹੀ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਆਰਟੀਫਿਸ਼ਲ ਕੈਪ ਹੈ ਜਿਹੜਾ ਉਹ ਦੇਵਾਂਗੇ, ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਕਿ ਤੁਹਾਡੇ ਦੰਦ ਆ ਜਿਹੜੇ ਉਹ ਛੋਟੇ ਕਰੇ ਹੋਏ ਨੇ। ਅਤੇ ਹਜੇ ਭੈਣੇ ਮੈਨੂੰ ਬੁਲਾਇਆ ਨਹੀਂ ਹੈ, ਕਾਲ ਨਹੀਂ ਆਈ, ਅਤੇ ਆਪਾਂ ਵੀ ਕਾਲ ਨਹੀਂ ਕਰੀ ਕਿਉਂਕਿ ਮੈਨੂੰ ਹੁਣ ਜ਼ਰੂਰਤ ਹਜੇ ਹੈ ਨਹੀਂ ਹੈ, ਜਦੋਂ ਉਹਨਾਂ ਦੀ ਕਾਲ ਆਊਗੀ ਤਾਂ ਆਪਾਂ ਉਦੋਂ ਚਲੇ ਜਾਵਾਂਗੇ, ਠੀਕ ਹੈ ਜੀ। ਅਤੇ ਕਈ ਭੈਣਾਂ ਨੇ ਪੁੱਛਿਆ ਕਿੰਨਾ ਖਰਚ ਆਊਗਾ, ਕਿਸ ਤਰ੍ਹਾਂ ਕੀਤਾ, ਉਹ ਮੇਰਾ ਜਦੋਂ ਕੰਪਲੀਟ ਹੋ ਜਾਊਗਾ ਸਾਰਾ ਮੈਂ ਤੁਹਾਨੂੰ ਉਦੋਂ ਸਾਰੀ ਡਿਟੇਲ ਦੇ ਦੂੰਗੀ, ਠੀਕ ਹੈ ਜੀ। ਉਦੋਂ ਡਾਕਟਰ ਦਾ ਵੀ ਦੱਸ ਦੂੰਗੀ ਕਿਹੜੇ ਡਾਕਟਰ ਤੋਂ ਕਰਾਇਆ, ਅਤੇ ਮੇਰੇ ਪਹਿਲਾਂ ਸੁੱਖ ਸਾਂਦ ਨਾਲ ਸਾਰਾ ਕੰਮ ਆ ਜਿਹੜਾ ਉਹ ਸਿਰੇ ਚੜ੍ਹ ਜੇ, ਅਤੇ ਫਿਰ ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਭੈਣ ਜੀ, ਇਹਦੇ 'ਚ ਮਹਿੰਦੀ ਪਾਉਣਾ ਜ਼ਰੂਰੀ ਹੈ, ਮਹਿੰਦੀ ਦੀ ਮਹਿਕ ਆਉਂਦੀ ਰਹਿੰਦੀ, ਕੋਈ ਮਹਿਕ ਨਹੀਂ ਆਉਂਦੀ ਜੀ ਮਹਿੰਦੀ ਦੀ, ਜਦੋਂ ਆਪਾਂ ਚੰਗੀ ਤਰ੍ਹਾਂ ਉਹਨੂੰ ਇਸ ਤਰ੍ਹਾਂ ਗਰਮ ਕਰ ਲੈਂਦੇ ਹਾਂ, ਬਿਲਕੁਲ ਹੀ ਮਹਿਕ ਨਹੀਂ ਆਉਂਦੀ ਹੈਗੀ ਮਹਿੰਦੀ ਤਾਂ ਪਾਉਣੀ ਹੋਈ ਆ, ਥੋੜ੍ਹਾ ਤਾਂ ਕਲਰ ਹੁੰਦਾ ਨਾ ਉਹਦੇ 'ਚ। ਮੇਰਾ ਖਿਆਲ ਹੈ ਮੇਨ ਕੁਸ਼ਚਨ ਇਹੀ ਸੀਗੇ, ਬਾਕੀ ਸਾਰੀਆਂ ਭੈਣਾਂ ਨੇ ਕਿਹਾ ਕਿ ਬਹੁਤ ਨਾਈਸ ਵਲੌਗ, ਥੈਂਕ ਯੂ ਭੈਣ ਸਾਰੀਆਂ ਦਾ, ਬਹੁਤ ਬਹੁਤ ਧੰਨਵਾਦ। ਫਰਿੱਜ 'ਚ ਰੱਖਣਾ ਜ਼ਰੂਰੀ ਹੈ? ਨਹੀਂ ਜੀ, ਐਡੀ ਕੋਈ ਗੱਲ ਨਹੀਂ ਹੈਗੀ ਫਰਿੱਜ 'ਚ ਰੱਖਣ ਵਾਲੀ, ਇਹਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ, ਮੈਨੂੰ ਤਾਂ ਵੈਸੇ ਹੀ ਉਹ ਸ਼ੀਸ਼ੀ ਜੀ ਸੋਹਣੀ ਲੱਗੀ ਅਤੇ ਮੈਂ ਕਿਹਾ ਇਹਨੂੰ ਫਰਿੱਜ 'ਚ ਕਿਉਂ ਨਾ ਰੱਖ ਲਓ, ਅਤੇ ਵੈਸੇ ਐਡੀ ਕੋਈ ਗੱਲ ਨਹੀਂ ਹੈਗੀ ਕਿ ਆਪਾਂ ਫਰਿੱਜ 'ਚ ਹੀ ਰੱਖੀਏ ਇਹਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬੜੀਆ ਵਲੌਗ, ਆਈ ਐਮ ਹਰ ਰੋਜ਼ ਤੁਹਾਡਾ ਵਲੌਗ ਦੇਖਦੀ ਹਾਂ, ਵੈਰੀ ਨਾਈਸ ਹੋ ਤੁਸੀਂ, ਆਈ ਲਾਈਕ ਇਟ ਸੋ ਮੱਚ, ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ। ਮੇਰਾ ਨੇਮ ਬੋਲ ਦੇਣਾ, ਜਸਪ੍ਰੀਤ ਕੌਰ ਖਮਾਣੋ ਤੋਂ, ਥੈਂਕ ਯੂ ਜਸਪ੍ਰੀਤ ਜੀ, ਥੈਂਕ ਯੂ ਸੋ ਮੱਚ। ਰਾਜਵੀਰ ਕੌਰ ਫਰੋਮ ਲੁਧਿਆਣਾ, ਆਈ ਐਮ ਟੀਚਰ, ਆਈ ਵਾਂਟ ਟੂ ਟੋਕ ਟੂ ਯੂ, ਸੋ ਪਲੀਜ਼ ਗਿਵ ਯੂਅਰ ਕੰਟੈਕਟ ਨੰਬਰ, ਆਈ ਵਾਂਟ ਡਿਸਕਸ ਮਾਈ ਪ੍ਰੋਬਲਮ, ਆਈ ਨੋ ਦੈਟ ਯੂ ਹੈਵ ਅ ਬੈਟਰ ਸੋਲੂਸ਼ਨ। ਰਾਜਵੀਰ ਕੌਰ ਦੀ ਆਈ ਡੀ ਤੋਂ ਹੈ, ਠੀਕ ਹੈ ਰਾਜਵੀਰ ਕੌਰ ਜੀ। ਮੇਰਾ ਨਾ ਇੱਕ, ਮੈਂ ਤੁਹਾਨੂੰ ਦੱਸਦੀ ਹੁੰਦੀ ਹਾਂ ਵੈਸੇ, ਕਿ ਮੇਰਾ ਇੱਕ ਚੈਨਲ ਹੋਰ ਹੈਗਾ ਫਸਟ ਚੋਇਸ, ਤੁਸੀਂ ਉਹਦੇ ਤੋਂ ਮੇਰਾ ਨੰਬਰ ਚੱਕ ਲਿਆ ਕਰੋ ਪਲੀਜ਼, ਹੈ ਨਾ, ਅਤੇ ਮੈਂ ਤੁਹਾਨੂੰ ਕਮੈਂਟ ਦੇ ਵਿੱਚ ਹੀ ਤੁਹਾਡਾ ਜਿਹੜਾ ਨੰਬਰ ਹੈ ਉਹ ਦੇ ਦਿੰਦੀ ਹਾਂ।
ਤੇ ਤੁਸੀਂ ਫਰੀ ਮਾਈਂਡ ਹੋ ਕੇ ਮੇਰੇ ਨਾਲ ਆਪਣੀ ਪ੍ਰੋਬਲਮ ਹੈ ਜਿਹੜੀ ਉਹ ਡਿਸਕਸ ਕਰ ਸਕਦੇ ਹੋ, ਠੀਕ ਹੈ ਜੀ। ਲਓ ਜੀ, ਇਹ ਸੀ ਆਪਣਾ ਅੱਜ ਦਾ ਵਲੌਗ, ਮਿਲੀਆਂ ਜੁਲੀਆਂ ਜਿਹੀਆਂ ਗੱਲਾਂ ਸੀਗੀਆਂ। ਮੇਨ ਆਪਣਾ ਜਿਹੜਾ ਫੋਕਸ ਹੈਗਾ ਉਹ ਅੱਜ ਕੱਲ੍ਹ ਵਾਲਾਂ 'ਤੇ ਹੈਗਾ। ਅਤੇ ਚਲੋ ਠੀਕ ਹੈ ਜੀ, ਫਿਰ ਮਿਲਦੇ ਹਾਂ ਵਧੀਆ ਜਿਹਾ ਵਲੌਗ ਲੈ ਕੇ। ਇੱਕ ਨਾ ਮੈਂ ਤੁਹਾਨੂੰ, ਮੇਰੇ ਦਿਮਾਗ ਦੇ ਵਿੱਚ ਹੈਗਾ ਕਿ ਮੈਂ ਤੁਹਾਨੂੰ ਬੇਸਣ ਦੀ ਸਬਜ਼ੀ ਹੈ ਜਿਹੜੀ ਉਹ ਜ਼ਰੂਰ ਬਣਾ ਕੇ ਦਿਖਾਉਣੀ ਹੈ। ਦੱਸਿਓ ਪਹਿਲਾਂ ਮੈਨੂੰ ਕਮੈਂਟ ਕਰਕੇ ਕਿ ਕਿੰਨਾ ਕਿੰਨਾ ਨੂੰ ਬੇਸਣ ਦੀ ਸਬਜ਼ੀ ਬਣਾਉਣੀ ਆਉਂਦੀ ਹੈ, ਅਤੇ ਨਹੀਂ ਤਾਂ ਫਿਰ ਮੈਂ ਤਾਂ ਤੁਹਾਨੂੰ ਬਣਾ ਕੇ ਦਿਖਾਈ ਦਊਂਗੀ। ਠੀਕ ਹੈ ਜੀ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਫਿਰ ਮਿਲਦੇ ਹਾਂ ਵਧੀਆ ਜਿਹਾ ਵਲੌਗ ਲੈ ਕੇ। ਅਤੇ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ।